ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈ ਨੋ ਇਕੱਠੇ ਹੋ ਕੇ ਬੈਠੇ ਹਾਂ ਅਤੇ ਕੁਛ ਤਾਂ ਗੱਲਾਂ ਜ਼ਰੂਰ ਕਰਾਂਗੇ। ਅਫਕੋਰਸ ਜਿਹੜਾ ਟਾਈਮ ਨਿਕਲ ਰਿਹਾ ਬੜਾ ਟੈਸਟਿੰਗ ਟਾਈਮ ਹੈ। ਐਂਡ ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਕਿ ਯੂ ਨੋ ਕੁਛ ਹੋਰ ਗੱਲ ਕਰਾਂਗੇ, ਬਹੁਤ ਜ਼ਿਆਦਾ ਉਹੀ ਗੱਲ ਕਰ ਕਰਕੇ ਇੱਕ ਕ੍ਰੀਏਟ ਹੋਇਆ ਹੋਇਆ ਪੈਨਿਕ ਔਰ ਫੀਅਰ। ਬਟ ਡੈਫੀਨੇਟਲੀ ਕਿਉਂਕਿ ਪਰਿਵਾਰ ਹੈ, ਇਹ ਕਿਸੇ ਸ਼ੋਅ, ਇਹ ਸ਼ੋਅ ਘੱਟ ਹੈ ਗੱਲਬਾਤ। ਆਈ ਥਿੰਕ ਹੁਣ ਤੱਕ ਅਸੀਂ ਸਾਰੇ ਸਮਝਦੇ ਹਾਂ ਇਸ ਚੀਜ਼ ਨੂੰ ਕਿ ਸ਼ੋਅ ਨਹੀਂ ਹੈ, ਇੱਕ ਟੀ ਵੀ ਯੂ ਨੋ ਸੋਪ ਓਪਰਾ ਨਹੀਂ ਹੈ, ਇਟ ਇਜ਼ ਅ ਫੈਮਿਲੀ। ਸੋ ਇੱਕ ਦੂਜੇ ਵਾਸਤੇ ਅਫਕੋਰਸ ਅੱਜ ਮੈਂ ਇੰਝ ਲੱਗਦਾ ਕਿ ਕਿਉਂਕਿ ਕਈ ਵਾਰੀ ਸਾਡੀ ਮਨ ਦੀ ਘਬਰਾਹਟ ਸਾਨੂੰ ਇਹ ਵੀ ਨਹੀਂ ਕਰਨ ਦਿੰਦੀ ਕਿ ਕੋਈ ਹੋਰ ਗੱਲ ਕਰੋ। ਇੰਝ ਲੱਗਦਾ ਕਿ ਫਾਲਤੂ ਦੀਆਂ ਗੱਲਾਂ ਕਰੀ ਜਾ ਰਹੇ ਹੋ, ਮੇਰਾ ਦਿਮਾਗ ਤਾਂ ਉੱਥੋਂ ਨਹੀਂ ਹਟ ਰਿਹਾ। ਸੋ ਅਗਰ ਕੁਛ ਐਸਾ ਹੈ ਜ਼ਰੂਰ ਆਏ ਯੂ ਨੋ ਰਿਕੁਐਸਟ ਯੂ ਕਾਲ ਕਰੋ, ਆਪਣੀ ਗੱਲ, ਆਪਣੇ ਮਨ ਦੀ ਸਥਿਤੀ ਜ਼ਰੂਰ ਸ਼ੇਅਰ ਕਰੋ। ਪਰ ਓਵਰਆਲ ਆਈ ਜਸਟ ਵਾਂਟ ਟੂ ਹੇਅਰ ਯੂ ਕਿ ਬਈ ਤੁਸੀਂ ਕੋਈ ਜੋਕ, ਕੋਈ ਗਾਣਾ, ਕੁਛ ਵੀ ਗਾ ਸਕਦੇ ਹੋ ਅੱਜ। ਜਿਵੇਂ ਕਹਿੰਦੇ ਨਾ, ਆਪਣਾ ਮਨ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਇੱਕਦਮ ਦੌੜ ਕੇ ਅਸੀਂ ਦੂਸਰੀ ਜਗ੍ਹਾ 'ਤੇ ਨਹੀਂ ਪਹੁੰਚ ਸਕਦੇ, ਪਰ ਇੱਕ ਕੋਸ਼ਿਸ਼ ਹੈਗੀ ਹੈ ਕਿ ਅਸੀਂ ਆਪਣਾ ਮਨ ਕਿਤੇ ਹੋਰ ਲਾਈਏ। ਅਸੀਂ ਸਾਰੇ ਜਸ ਪੰਜਾਬੀ ਦੇ ਹੋਸ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਥੇ ਪਹੁੰਚੀਏ। ਸਾਡੇ ਥੈਂਕ ਯੂ, ਸਭ ਤੋਂ ਪਹਿਲੇ ਮੈਂ ਇਹ ਵੀ ਯਾਦ ਕਰਾ ਦਾਂ ਕਿ ਸਾਰੇ ਮੇਰੇ ਵੈਲ ਵਿਸ਼ਰਸ ਬਹੁਤ ਮੇਰੇ ਵਾਸਤੇ ਫਿਕਰਮੰਦ ਨੇ ਕਿ ਮੈਂ ਇੱਥੇ ਕਿਉਂ ਆ ਰਹੀ ਹਾਂ, ਬਿਕੋਜ਼ ਹੋਮ ਯੂ ਨੋ ਇੱਕ ਤਰ੍ਹਾਂ ਨਾਲ ਇੰਸਟਰਕਸ਼ਨਸ ਹੈ ਕਿ ਕਰ ਰਵੋ। ਟਰੱਸਟ ਮੀ, ਮੈਂ ਪੂਰਾ ਧਿਆਨ ਰੱਖ ਰਹੀ ਹਾਂ। ਇਕੱਲੇ ਡਰਾਈਵ ਕਰਕੇ ਇੱਥੇ ਵੀ ਆ ਕੇ ਕੋਈ ਨਹੀਂ ਮਿਲਦਾ ਸਾਨੂੰ, ਪੂਰਾ ਸਟੂਡੀਓ ਬਿਲਕੁਲ ਮਿਨੀਮਲ ਸਟਾਫ ਨਾਲ ਕੰਮ ਕਰ ਰਿਹਾ ਐਂਡ ਮੇਰਾ ਕੰਟੈਕਟ ਕਿਸੇ ਨਾਲ ਨਹੀਂ ਹੁੰਦਾ। ਸੋ ਸਾਰਾ ਆਟੋਮੇਟਿਡ ਹੋ ਰਿਹਾ ਐਂਡ ਜਿਹੜੇ ਟੈਕਨੀਕਲ ਸਟਾਫ ਹੈ ਉਹ ਅਸੀਂ 6 ਤੱਕ ਹੀ 20 ਫੁੱਟ ਤੋਂ ਦੂਰ ਰਹਿੰਦੇ ਹਾਂ, ਯੂ ਨੋ ਗੁੱਡ ਫੋਰ ਐਵਰੀ ਵਨ, ਬਟ ਇਸੇ ਪਿੱਛੇ ਆਉਂਦੇ ਹਾਂ ਕਿਉਂਕਿ ਸਭ ਨੂੰ ਹਰ ਤਰ੍ਹਾਂ ਨਾਲ ਕਿਸੇ ਤਰ੍ਹਾਂ ਐਂਗਜ਼ਾਇਟੀ ਹੈ, ਕਿਸੇ ਤਰ੍ਹਾਂ ਫੀਅਰ ਹੈ ਔਰ ਮਨ ਕਿਤੇ ਹੋਰ ਪਾਸੇ ਲਾਉਣਾ। ਸੋ ਤੁਹਾਡੇ ਕੋਲ ਇੱਕ ਟੀ ਵੀ ਸਾਧਨ ਹੈ ਜਿਹਦੇ 'ਚ ਤੁਸੀਂ ਘਰ ਬੈਠ ਕੇ ਯੂ ਨੋ ਕੁਛ ਆਪਣਾ ਮਨ ਇੱਧਰ ਉੱਧਰ ਕਰ ਸਕਦੇ ਹੋ। ਸੋ ਇਸੇ ਪਿੱਛੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਥੇ ਜ਼ਰੂਰ ਪਹੁੰਚੀਏ ਔਰ ਤੁਹਾਡੇ ਨਾਲ ਗੱਲ ਕਰੀਏ। ਸੋ ਟਰੱਸਟ ਮੀ, ਵੀ ਆਰ ਸੇਫ ਐਂਡ ਜੋ ਸਾਰੀਆਂ ਇੰਸਟਰਕਸ਼ਨਸ ਹੈਗੀਆਂ ਉਹ ਸਾਰੀਆਂ ਪੂਰੀ ਤਰ੍ਹਾਂ ਫੋਲੋ ਕਰ ਰਹੇ ਹਾਂ। ਦੂਸਰਾ ਇਹ ਕਿ ਅੱਜ ਮੈਨੂੰ ਲੱਗਦਾ ਕਿ ਸੁਰਜੀਤ ਆਂਟੀ, ਗੁਰਦੀਪ ਜੀ, ਹੋਰ ਵੀ ਸਾਰੇ ਜਿਹੜੇ ਮੈਂ ਸਾਡੇ ਕੇਸਿਸ ਇਸ ਤਰ੍ਹਾਂ ਹੁੰਦੇ, ਸਾਡੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਮੋਸਟਲੀ ਅਸੀਂ ਸੀਰੀਅਸਲੀ ਗੱਲ ਕਰ ਰਹੇ ਹੁੰਦੇ ਹਾਂ ਅਤੇ ਇੱਕ ਤਰ੍ਹਾਂ ਨਾਲ ਹੁੰਦਾ ਕਿ ਹਾਂਜੀ ਆਪਣਾ ਟਾਈਮ, ਏਅਰ ਟਾਈਮ ਥੋੜ੍ਹਾ ਘੱਟ ਲਓ ਤਾਂ ਕਿ ਹੋਰ ਬੜੇ ਕਾਲਸ ਕਰ ਰਹੇ ਹੈ। ਅੱਜ ਮੈਂ ਕਿਸੇ ਨੂੰ ਨਹੀਂ ਰੋਕਾਂਗੀ, ਜ਼ਰੂਰ ਆਪਣੇ ਮਨ ਦੀ ਗੱਲ ਕਰੋ ਭਾਵੇਂ ਜਿਸ ਮਰਜ਼ੀ ਬਾਰੇ ਹੋਏ, ਬਟ ਮੈਂ ਸੁਜੈਸਟ ਜ਼ਰੂਰ ਕਰ ਰਹੀ ਹਾਂ ਕਿ ਕੋਈ ਜੋਕ, ਕੋਈ ਗਾਣਾ, ਕੋਈ ਪੋਇਮ। ਸੁਦਰਸ਼ਨ ਜੀ ਨੂੰ ਮਿਸ ਕਰ ਰਹੀ ਹਾਂ, ਇੰਡੀਆ ਗਏ ਹੋਏ ਹਾਂ, ਹੋਪ ਸਭ ਸੇਫ ਹੋਏ ਔਰ ਆਪਣੀ ਯੂ ਨੋ ਐਕਸਟੈਂਸ਼ਨ ਐਕਸਟੈਂਡ ਕਰ ਲੈਣ ਆਪਣਾ ਜੋ ਵੀ ਸਟੇ ਹੈਗਾ ਤਾਂ ਕਿ ਸੇਫ ਐਂਡ ਸਾਊਂਡ ਸਾਰਾ ਇਹ ਪੀਰੀਅਡ ਜਿਹੜਾ ਨਿਕਲ ਜਾਏ ਤਾਂ ਟਰੈਵਲ ਕਰਨ। ਸੋ ਉਸੇ ਤਰ੍ਹਾਂ ਬੜੇ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਕੁਛ ਵੀ ਤੁਸੀਂ ਅੱਜ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਐਂਡ ਆਈ ਨੋ ਕਈ ਵਾਰੀ ਰਸ਼ ਦੇ ਵਿੱਚ ਮੈਂ ਬਾਅਦ ਵਿੱਚ ਮੈਨੂੰ ਬੁਰਾ ਵੀ ਲੱਗਦਾ ਕਿ ਯੂ ਨੋ ਆਈ ਐਮ ਰਸ਼ਿੰਗ ਯੂ ਗਾਇਸ, ਬਟ ਫੋਰ ਦ ਸੇਕ ਆਫ ਦ ਦੈਟ ਆਵਰ, ਉਸ ਘੰਟੇ ਦੇ ਵਿੱਚ ਅਸੀਂ ਕੁਛ ਵਰਥਵਾਈਲ ਡਿਸਕਸ਼ਨ ਕਰ ਸਕੀਏ ਇਸ ਮੁੱਦੇ ਦੇ ਨਾਲ, ਅਸੀਂ ਤੁਹਾਨੂੰ ਔਨ ਟਰੈਕ ਰੱਖਣਾ ਹੁੰਦਾ ਐਜ਼ ਅ ਮੋਡਰੇਟਰ। ਉਹ ਮੇਰੀ ਡਿਊਟੀ ਹੈ ਕਿ ਮੈਂ ਸਭ ਨੂੰ ਔਨ ਟਰੈਕ ਰੱਖ ਸਕਾਂ ਜਿੰਨਾ ਕੁ ਪੋਸੀਬਲ ਹੋਏ। ਅਤੇ ਅੱਜ ਮੈਂ ਜ਼ਰੂਰ ਕਹਿੰਦੀ ਹਾਂ ਕਿਉਂਕਿ ਇਸ ਟਾਈਮ ਤੋਂ ਨਿਕਲ ਰਿਹਾ, ਜ਼ਰੂਰ ਆਪਣੇ ਮਨ ਦੀ ਗੱਲ, ਜੇ ਤੁਸੀਂ ਆਪਣਾ ਧਿਆਨ ਇਸ ਪਰਟੀਕੁਲਰ ਟਾਈਮ ਜਿਹੜੀ ਕਿ ਐਪੀਡੈਮਿਕ ਅਸੀਂ ਫੇਸ ਕਰ ਰਹੇ ਹਾਂ ਐਜ਼ ਅ ਕਮਿਊਨਿਟੀ, ਸਾਰੇ ਫੇਸ ਕਰ ਰਹੇ ਹਾਂ, ਉਸ ਤੋਂ ਨਹੀਂ ਹਟ ਪਾ ਰਿਹਾ ਔਰ ਮਨ ਘਬਰਾ ਰਿਹਾ, ਜ਼ਰੂਰ ਗੱਲ ਕਰੋ। ਈਵਨ ਆਫ ਸ਼ੋਅ ਵੀ ਮੈਂ ਅੱਜ ਔਫਰ ਕਰ ਰਹੀ ਹਾਂ ਕਿ ਕਿਸੇ ਨੂੰ ਬਹੁਤ ਘਬਰਾਹਟ ਹੈ ਅਤੇ ਮੇਰੇ ਨਾਲ ਤੁਸੀਂ ਆਫ ਸ਼ੋਅ ਵੀ ਗੱਲ ਕਰ ਸਕਦੇ ਹੋ। ਐਂਡ ਜਿਸ ਤਰ੍ਹਾਂ ਅਸੀਂ ਪਹਿਲੇ ਕਹਿ ਰਹੇ ਹਾਂ ਕਿ ਸਾਈਕੈਟ੍ਰਿਸਟ, ਆਪਣੇ ਕਾਉਂਸਲਰਸ, ਆਪਣੇ ਡਾਕਟਰਸ ਨੂੰ ਕਾਲ ਕਰੋ। ਅਗਰ ਬਹੁਤ ਜ਼ਿਆਦਾ ਐਂਗਜ਼ਾਇਟੀ ਹੈ ਤਾਂ ਯੂ ਨੋ ਬੜੇ ਐਪਸ ਹੈਗੇ ਹੈ, ਅੱਛੀ ਨੀਂਦ ਲਵੋ, ਐਪਸ ਦੇ ਥਰੂ ਲੈ ਲਓ, ਈਵਨ ਮੈਡੀਟੇਸ਼ਨ ਦੀ ਐਪਸ ਹੈਗੀਆਂ, ਡੂ ਦੋਜ਼ ਥਿੰਗਸ।
ਆਪਣੀ ਐਂਗਜ਼ਾਇਟੀ ਨੂੰ ਕਾਮ ਡਾਊਨ ਕਰਨ ਵਾਸਤੇ, ਕਿਉਂਕਿ ਬੜਾ ਜ਼ਰੂਰੀ ਹੈ ਇਸ ਵੇਲੇ। ਇੱਕ ਚੀਜ਼ ਮੈਂ ਹਮੇਸ਼ਾ ਕਹਿੰਦੀ ਹਾਂ, ਪਰ ਅੱਜ ਆਈ ਥਿੰਕ ਇਟਸ ਨੈਵਰ ਬੀਨ ਮੋਰ ਇੰਪੋਰਟੈਂਟ ਦੈਨ ਨਾਓ, ਦੈਟ ਜਦੋਂ ਔਖਾ ਟਾਈਮ ਨਿਕਲ ਜਾਂਦਾ ਹੈ ਨਾ, ਔਖਾ ਟਾਈਮ ਨਿਕਲ ਜ਼ਰੂਰ ਜਾਂਦਾ ਹੈ, ਜਿਸ ਤਰ੍ਹਾਂ ਵੀ ਹੋਏਗਾ ਨਿਕਲ ਜਾਏਗਾ ਇਹ, ਬਟ ਅਸੀਂ ਉਸ ਵੇਲੇ ਕੀ ਕੀਤਾ, ਅਸੀਂ ਉਹਨੂੰ ਕਿਵੇਂ ਡੀਲ ਕੀਤਾ, ਵਰ ਵੀ ਕਾਇੰਡ ਟੂ ਈਚ ਅਦਰ, ਵਰ ਵੀ ਟਰੂਥਫੁੱਲ ਟੂ ਈਚ ਅਦਰ, ਯੂ ਨੋ, ਸਾਡੇ ਦਿਮਾਗ ਦੇ ਵਿੱਚ ਉਹ ਜ਼ਰੂਰ ਰਹਿ ਜਾਏਗਾ। ਐਜ਼ ਅ ਗਰੁੱਪ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਬੀ ਕਾਇੰਡ ਟੂ ਈਚ ਅਦਰ, ਇੱਕ ਦੂਜੇ ਨਾਲ ਜੇ ਫੋਨਾਂ 'ਤੇ ਗੱਲ ਕਰ ਰਹੇ ਹੋ ਉਹ ਹੈ, ਕਿਉਂਕਿ ਦੇਖੋ ਨਾ, ਕੋਈ ਸਟਿਮੂਲਸ ਜਿਵੇਂ ਸਟਾਕ ਮਾਰਕੀਟ ਦੀ ਅਸੀਂ ਕੱਲ੍ਹ ਗੱਲ ਕਰ ਰਹੇ ਸੀ, ਕੋਈ ਸਟਿਮੂਲਸ ਜਿਵੇਂ ਫਾਈਨੈਂਸ਼ੀਅਲ ਕਿ ਪੰਪ ਇਨ ਕਰ ਰਹੇ ਆ ਮਨੀ, ਉਹ ਸਾਰਾ ਕੁਛ ਵੀ ਕੰਮ ਨਹੀਂ ਆ ਰਿਹਾ, ਕਿਉਂਕਿ ਕੀ ਇੰਪੋਰਟੈਂਟ ਹੈ, ਜਾਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇੱਕ ਅਗੇਨ ਰਿਮਾਈਂਡਰ ਹੈ ਕਿ ਅਸੀਂ ਹਮੇਸ਼ਾ ਆਪਣੀ ਹੈਲਥ ਔਰ ਜਾਨ ਨੂੰ ਸਾਈਡ 'ਤੇ ਰੱਖ ਕੇ ਕੰਮ ਕਰਦੇ ਰਹਿੰਦੇ ਹਾਂ, ਔਰ ਮਨ 'ਚ ਆਉਂਦਾ ਨਹੀਂ ਇਹ ਚੀਜ਼ ਤਾਂ ਹੋ ਹੀ ਨਹੀਂ ਸਕਦੀ, ਮੈਂ ਨਹੀਂ ਰੁਕ ਸਕਦਾ, ਯੂ ਨੋ, ਮੈਂ ਨਹੀਂ ਰੁਕ ਸਕਦੀ, ਮੇਰੇ ਵਾਸਤੇ ਤਾਂ ਪੋਸੀਬਲ ਹੀ ਨਹੀਂ ਹੈ ਕਿ ਮੈਂ ਰਿਲੈਕਸ ਕਰ ਸਕਾਂ, ਸਾਰਾ ਕੁਛ ਹੋਲਡ 'ਤੇ ਆ ਗਿਆ ਨਾ, ਜਸਟ ਬਿਕੋਜ਼ ਇਸ ਵੇਲੇ ਜਾਨ ਦੀ ਪਈ ਹੋਈ ਹੈ। ਐਂਡ ਜਾਨ ਦੀ ਪਈ ਹੈ, ਡੋਂਟ ਟੇਕ ਇਟ ਅਦਰਵਾਈਜ਼, ਈਵਨ ਕਰੋਨਾ ਵਾਇਰਸ ਜੇ ਕਿਸੇ ਨੂੰ ਹੋ ਜਾਂਦਾ ਹੈ, ਇਟ ਇਜ਼ ਨੋਟ ਕਿ ਐਂਡ ਆਫ ਦਾ ਵਰਲਡ ਹੈ, ਉਹ ਸਿਮਟਮਸ ਠੀਕ ਹੋ ਕੇ ਠੀਕ ਵੀ ਹੋ ਜਾਏਗਾ। ਸੋ ਇਹ ਨਹੀਂ ਹੈ ਕਿ ਜੇ ਹੋ ਗਿਆ ਤਾਂ ਕਿਸੇ ਨੇ ਮਰਨਾ ਹੀ ਹੈ, ਬੀ ਯੂ ਨੋ, ਆਈ ਐਮ ਜਸਟ ਬਿੰਗ ਵੈਰੀ ਡਾਇਰੈਕਟ ਅਬਾਊਟ ਇਟ। ਔਰ ਜਿਹੜਾ ਪੈਨਿਕ ਕ੍ਰੀਏਟ ਹੋਇਆ ਉਹ ਇਹਨਾਂ ਸਾਰੀਆਂ ਚੀਜ਼ਾਂ ਨਾਲ ਹੋਇਆ ਕਿ ਹਾਈ ਸ਼ਾਇਦ ਹੋਇਆ ਤਾਂ ਮਤਲਬ ਬੰਦਾ ਚਲਾ ਗਿਆ, ਐਸਾ ਨਹੀਂ ਹੈ। ਪਰਸੈਂਟੇਜ ਜਿਹੜੀ ਕਿ ਜਿਨ੍ਹਾਂ ਦੀ ਮੌਤ ਹੋ ਰਹੀ ਹੈ ਉਹ ਜੋ ਵੀ ਹੈਗੀ ਹੈ, ਮੈਂ ਸਟੈਟਿਸਟਿਕ ਬਾਰੇ ਇਸ ਵੇਲੇ ਨਹੀਂ ਕੋਟ ਕਰਨਾ ਚਾਹੁੰਦੀ, ਬਟ ਦ ਥਿੰਗ ਇਜ਼ ਕਿ ਅੰਡਰਲਾਈਨ ਕੰਡੀਸ਼ਨਸ ਹੈ ਜਾਂ ਓਲਡ ਏਜ ਹੈਗਾ ਜ਼ਿਆਦਾ ਜਾਂ ਜੋ ਵੀ ਹੈ, ਬਟ ਇਤਨਾ ਜਿਹੜਾ ਪੈਨਿਕ ਅਸੀਂ ਹੋ ਗਿਆ ਹੈ, ਰੀਜ਼ਨਸ ਸਾਡੇ ਸਾਹਮਣੇ ਹੈ, ਕਿਉਂਕਿ ਉਹ ਜਿਹਾ ਕਦੇ ਕੁਛ ਦੇਖਿਆ ਨਹੀਂ ਹੋਇਆ। ਐਂਗਜ਼ਾਇਟੀ ਉਸੀ ਚੀਜ਼ਾਂ ਤੋਂ ਹੁੰਦੀ ਹੈ ਜਦੋਂ ਅਨਸਰਟਨਟੀ ਹੋਏ ਕਿ ਪਤਾ ਨਹੀਂ ਕੀ ਚੀਜ਼ ਹੈ, ਦੁਸ਼ਮਣ ਹੈਗਾ ਪਰ ਕੀ ਹੈ, ਉਹਦੇ ਕਰੈਕਟਰਿਸਟਿਕਸ ਕੀ ਹੈ, ਉਹਦੀ ਪਰਸਨੈਲਿਟੀ ਕੀ ਹੈ, ਨਹੀਂ ਪਤਾ। ਸੋ ਇਸ ਪਿੱਛੇ ਯੂ ਨੋ, ਬਹੁਤ ਕੌਨਸ਼ੀਅਸ ਹੋਣਾ, ਬਹੁਤ ਬਿਲਕੁਲ ਓਨੈਸਟਲੀ ਜੈਨੂਇਨਲੀ ਇੰਸਟਰਕਸ਼ਨਸ ਨੂੰ ਫੋਲੋ ਕਰਨਾ, ਤੁਹਾਡੇ ਲੋਕਲ ਏਰੀਏ ਦੇ ਵਿੱਚ ਜੋ ਵੀ ਇੰਸਟਰਕਸ਼ਨਸ ਹੈ, ਬਾਹਰ ਨਹੀਂ ਜਾਣਾ, ਡਿਸਟੈਂਸ, ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਰੱਖਣਾ, ਐਂਡ ਇਨ ਅ ਵੇ ਸੈਲਫ ਆਈਸੋਲੇਟ, ਸੈਲਫ ਕੁਆਰੰਟੀਨ ਜੋ ਵੀ ਹੈਗਾ ਉਹ ਬਿਲਕੁਲ ਉਸੇ ਤਰ੍ਹਾਂ ਫੋਲੋ ਕਰਨੀ ਹੈ। ਬਟ ਥਿੰਕ ਅਬਾਊਟ ਦੋਜ਼ ਡਿਪਾਰਟਮੈਂਟਸ ਜਿਹੜੇ ਕਿ ਇੰਸਪਾਇਰਡ ਕੇ ਸਾਰੇ ਡਰ ਰਹੇ ਹੈ, ਦੇ ਹੈਵ ਟੂ ਬੀ ਦੇਅਰ, ਹੈਟਸ ਆਫ ਟੂ ਦੈਮ, ਹੈਲਥ ਪ੍ਰੋਫੈਸ਼ਨਲਸ ਐਂਡ ਐਵਰੀਬਡੀ ਹੂ ਇਜ਼ ਲਾਈਕ ਵਰਕਿੰਗ ਡੇ ਐਂਡ ਨਾਈਟ ਜਸਟ ਕਿ ਸਾਰੇ ਸੇਫ ਰਹਿਣ। ਸੋ ਅੱਜ ਵਾਸਤੇ ਮੈਂ ਜ਼ਰੂਰ ਕਹਾਂਗੀ, ਜੋਕ, ਗਾਣਾ, ਆਪਣੇ ਮਨ ਦੀ ਗੱਲ, ਕੋਈ ਐਸੀ ਚੀਜ਼, ਕੋਈ ਗਿਲਾ ਮੇਰੇ ਨਾਲ, ਯੂ ਨੋ, ਕਿਸੇ ਨੂੰ ਮੈਂ ਰੋਕਤਾ ਹੋਏ ਪਿਛਲੇ ਸ਼ੋਅਜ਼ ਦੇ ਵਿੱਚ ਕਿ ਨਹੀਂ ਬਸ ਇੰਨਾ ਹੀ ਠੀਕ ਹੈ, ਅਗਲੇ ਵੱਲ ਨਾਲ ਗੱਲ ਕਰੋ, ਉਹਦੇ ਬਾਰੇ ਵੀ ਕੋਈ ਵੀ ਕੁਛ ਵੀ ਅੱਜ ਸ਼ੇਅਰ ਕਰ ਸਕਦਾ, ਮੈਂ ਨਹੀਂ ਰੋਕਾਂਗੀ, ਬਿਕੋਜ਼ ਇਟਸ ਵੈਰੀ ਇੰਪੋਰਟੈਂਟ ਦੈਟ ਵੀ ਟਾਕ ਟੂ ਈਚ ਅਦਰ। ਸੋ ਇੰਝ ਕਰਦੀ ਹਾਂ, 7187865222 ਦੇ ਉੱਤੇ ਕਾਲ ਜ਼ਰੂਰ ਕਰੋ, ਮੈਂ ਲੈਂਦੀ ਹਾਂ ਛੋਟੀ ਜਿਹੀ ਬ੍ਰੇਕ, ਤੁਸੀਂ ਨੰਬਰ ਮਿਲਾ ਕੇ ਬਸ ਆਪਣੀ ਗੱਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਨਾਲ ਹੀ ਜੋਕਸ, ਗਾਣੇ ਜੋ ਚਾਹੁੰਦੇ ਹੋ, ਐਜ਼ ਵੈਲ ਐਜ਼ ਤੁਸੀਂ ਘਰ ਬੈਠੇ ਹੋਏ ਕੀ ਕਰ ਰਹੇ ਹੋ। ਕਈਆਂ ਨੇ ਤਾਂ ਬੜੀ ਸੋਹਣੀ ਚੀਜ਼ ਕੀਤੀ ਹੈ, ਇਟਸ ਵੈਰੀ ਇੰਸਪਾਇਰਿੰਗ ਟੂ ਮੀ ਕਿ ਜੋ ਉਹ ਉਂਝ ਕਰਦੇ ਨੇ, ਉਹ ਹੀ ਘਰ ਦੇ ਵਿੱਚ ਉਹ ਕਲਾਸਿਸ ਸ਼ੁਰੂ ਕਰਤੀਆਂ। ਵਨ ਆਫ ਮਾਈ ਫਰੈਂਡਸ, ਹੀ ਹੈਡ ਅ ਯੋਗਾ ਸੈਂਟਰ ਇਨ ਸਮਵੇਅਰ ਸੈਨ ਫਰਾਂਸਿਸਕੋ, ਐਂਡ ਹੁਣ ਉਹ ਔਨਲਾਈਨ ਕਲਾਸਿਸ ਉਹ ਕਰਦੀ ਹੈ, ਇੱਕ ਡਾਂਸ ਕਲਾਸਿਸ ਲੈ ਰਹੇ ਨੇ ਲੌਂਗ ਆਈਲੈਂਡ, ਜਿਨ੍ਹਾਂ ਨੇ ਆਪਣੀਆਂ ਜਿਹੜਾ ਇਨ ਹਾਊਸ ਕਲਾਸਿਸ ਤੋਂ ਸਿੱਧਾ ਔਨਲਾਈਨ ਕਲਾਸਿਸ ਸ਼ਿਫਟ ਕਰਨੀਆਂ, ਸੋ ਦੇ ਕੁਡ ਮੈਨੇਜ ਟੂ ਡੂ ਇਟ ਡਿਜੀਟਲੀ। ਸੋ ਇਟਸ ਅ ਨਿਊ ਵਰਲਡ, ਲਾਈਕ ਟੀਚਿੰਗ ਇਸ ਵੇਲੇ ਯੂਨੀਵਰਸਿਟੀਜ਼, ਕਾਲਜਸ, ਸਕੂਲਸ ਦੀ ਡਿਜੀਟਲ ਟ੍ਰਾਂਸਫਰ ਹੋਈ ਹੋਈ ਹੈ, ਉਸੇ ਤਰ੍ਹਾਂ ਇਹ ਸਾਰਾ ਕੁਛ ਵੀ। ਸੋ ਤੁਸੀਂ ਦੱਸੋ, ਬੜੀਆਂ ਸਾਰੀਆਂ ਮੇਰੇ ਕੋਲ ਉਹ ਵੀ ਹੈਗੀਆਂ ਕਿ ਜਿਹੜੀ ਯੂ ਨੋ, ਘਰ ਬੈਠੇ ਕਿਸੇ ਵੀ ਏਜ ਵਾਸਤੇ ਕੀ ਤੁਸੀਂ ਹੋਰ ਕੁਝ ਕਰ ਸਕਦੇ ਹੋ, ਕਈ ਵਾਰੀ ਨਹੀਂ ਧਿਆਨ ਆਉਂਦਾ, ਸੋ ਵੀ ਸ਼ੁੱਡ ਸ਼ੇਅਰ ਦੈਟ ਆਲਸੋ। ਲੈਟਸ ਸੀ ਕੀ ਕਹਿ ਰਹੇ ਨੇ, ਪਰ ਕਾਲ ਜ਼ਰੂਰ ਕਰੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਅਰਵਿੰਦ ਜੀ, ਮੇਰਾ ਇੱਕ ਸਵਾਲ ਹੈ ਤੁਹਾਨੂੰ। ਹਾਂਜੀ ਗੁਰਦੀਪ ਜੀ,
ਨਹੀਂ, ਸਵਾਲ ਤੋਂ ਪਹਿਲਾਂ ਮੈਂ ਪ੍ਰੋਬਲਮ ਦੱਸਦਾ। ਮੈਨੂੰ ਫੋਨ ਉੱਪਰ ਸਿਰਫ ਆਨ ਆਫ ਦਾ ਹੀ ਪਤਾ, ਹਾਂਜੀ ਗੂਗਲ ਕੀ ਹੁੰਦਾ, ਫੇਸਬੁੱਕ ਕੀ ਆ, ਵਟਸਐਪ ਕੀ ਆ, ਬਿਲਕੁਲ ਨਹੀਂ ਆਉਂਦਾ, ਨਾ ਸਿੱਖਣ ਦਾ ਮਨ ਹੈ। ਓਕੇ, ਈਵਨ ਮੈਸੇਜ ਵੀ ਕਿਵੇਂ ਪੜ੍ਹਦੇ ਨੇ ਨਹੀਂ ਪਤਾ। ਮੈਂ ਸਾਰਿਆਂ ਨੂੰ ਕਿਹਾ ਵੀ ਮੈਨੂੰ ਜੇ ਮੈਂ ਫੋਨ ਨਹੀਂ ਅਟੈਂਡ ਕਰਦਾ ਤੇ ਮੈਸੇਜ ਨਾ ਛੱਡਿਆ ਕਰੋ, ਮੈਨੂੰ ਨਹੀਂ ਪਤਾ ਕਿੱਦਾਂ ਦੇਖਦੇ ਆ। ਓਕੇ, ਤੇ ਪਰ ਲੇਖ ਪੜ੍ਹਨੇ, ਕਿਤਾਬਾਂ ਪੜ੍ਹਨੀਆਂ ਤੇ ਲਿਖਣਾ ਬਹੁਤ ਚੰਗਾ ਲੱਗਦਾ। ਤੇ ਮੈਨੂੰ ਦੱਸੋ ਵੀ ਇਹ ਮੇਰਾ ਗੁਣ ਹੈ ਜਾਂ ਅਵਗੁਣ ਹੈ? ਜੇ ਅਵਗੁਣ ਆ ਤਾਂ ਮੈਂ ਇੱਥੇ ਜ਼ਰੂਰ ਗੌਰ ਕਰਾਂਗਾ। ਨਹੀਂ, ਮੈਨੂੰ ਲੱਗਦਾ ਹੈ, ਦੇਖੋ ਗੁਰਦੀਪ ਜੀ, ਜੋ ਮੈਨੂੰ ਸਮਝ ਆ ਰਹੀ ਹੈ, ਜੋ ਮੈਨੂੰ ਧਿਆਨ ਆਉਂਦਾ ਇਸ ਵੇਲੇ, ਕਿ ਕੋਈ ਵੀ ਗੁਣ ਅਵਗੁਣ ਤੋਂ ਅਸੀਂ ਕਿਸ ਤਰ੍ਹਾਂ, ਤੁਹਾਡੀ ਨੀਡ ਕੀ ਹੈ ਇਸ ਵੇਲੇ ਤੁਹਾਨੂੰ ਲੱਗਦਾ ਹੈ? ਕਿਉਂਕਿ ਅਸੀਂ ਫੋਨ ਦੇ ਬੜੀਆਂ ਚੰਗੀਆਂ ਚੀਜ਼ਾਂ ਅਤੇ ਬੜੀਆਂ ਸਾਨੂੰ ਐਡਿਕਸ਼ਨ ਹੋਈ ਹੋਈ ਹੈ ਕਿ ਅਸੀਂ ਦੇਖਦੇ ਰਹਿੰਦੇ ਹਾਂ, ਅਸੀਂ ਉਹ ਸਾਰਾ ਕੁਝ ਕਰਦੇ ਰਹਿੰਦੇ ਹਾਂ, ਸੋਸ਼ਲ ਮੀਡੀਆ ਇੰਪੋਰਟੈਂਟ। ਹਾਂਜੀ, ਸੋ ਅਗਰ ਤੁਹਾਡਾ ਗੁਜ਼ਾਰਾ ਸੋਹਣਾ ਹੋ ਰਿਹਾ, ਤੁਹਾਨੂੰ ਮਨ ਦੀ ਤਸੱਲੀ ਹੈ ਕਿ ਫੋਨ ਵਾਸਤੇ ਹੀ ਹੈ ਐਂਡ ਬਾਕੀ ਕੁਛ ਨਹੀਂ ਚਾਹੀਦਾ, ਤਾਂ ਬਹੁਤ ਵਧੀਆ, ਪੀਪਲ ਡੂ ਦੈਟ। ਆਈ ਹੈਵ ਅ ਫਰੈਂਡ ਜਿਹੜਾ ਅੱਜ ਤੱਕ ਵੀ ਫੋਨ ਨਹੀਂ ਰੱਖਦਾ, ਉਹਨਾਂ ਕੋਲ ਫੋਨ ਹੀ ਨਹੀਂ ਹੈ। ਨਹੀਂ, ਇੱਕ ਦਿਨ ਤੁਸੀਂ ਕਿਹਾ ਸੀ ਨਾ ਵੀ ਤੁਸੀਂ ਸ਼ਾਇਦ ਗੂਗਲ ਤੋਂ ਦੇਖ ਕੇ ਬੋਲਦੇ ਆ, ਮੈਨੂੰ ਗੂਗਲ ਆਉਂਦਾ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ। ਮੈਨੂੰ ਲੱਗਦਾ ਫਜ਼ੂਲ ਜਿਹਾ ਕੰਮ ਆ, ਇਸ ਕਰਕੇ ਤੁਹਾਡਾ ਦਿਮਾਗ ਠੀਕ ਹੀ ਆ। ਜੇ ਮੈਨੂੰ ਚੰਗਾ ਨਹੀਂ ਲੱਗਦਾ ਤੇ ਠੀਕ ਹੈ, ਮੇਰੀ ਗੱਡੀ ਚੱਲ ਰਹੀ ਹੈ, ਮੈਨੂੰ ਓਨੀ ਕੁ ਨੌਲੇਜ ਲੱਭ ਜਾਂਦੀ ਆਲੇ ਦੁਆਲੇ। ਬਿਲਕੁਲ ਬਿਲਕੁਲ, ਨਹੀਂ ਮਾਈ ਅਪੋਲੋਜੀਜ਼, ਮਾਈ ਅਪੋਲੋਜੀਜ਼। ਅਗਰ ਮੈਂ ਜ਼ਿਆਦਾ ਪੜ੍ਹਦਾ ਜਾਂ ਮੈਂ ਲਿਖਦਾ, ਰਾਤ ਇੱਕ ਕਵਿਤਾ ਲਿਖੀ ਸੀ, ਜੇ ਕਹੋ ਤਾਂ ਸੁਣਾ ਦਿਆਂ। ਓਕੇ, ਛੋਟੀ ਜੀ ਹੈ ਤਾਂ ਜ਼ਰੂਰ ਸੁਣਦੇ ਹਾਂ, ਲੈਟਸ ਸੀ। ਹਾਂਜੀ ਸੁਣਾਓ, ਜਦੋਂ ਤੁਸੀਂ ਕਹੋਗੇ ਮੈਂ ਬੰਦ ਕਰ ਦੂੰ। ਨਹੀਂ 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 ਸੁਣਾਓ ਸੁਣਾਓ ਤੁਸੀਂ, ਅੱਜ ਮੈਂ ਕਿਹਾ ਕੋਈ ਅਸੀਂ ਆਰਾਮ ਨਾਲ। ਹਾਂਜੀ, ਛੋਟੀ ਹੈ, ਬਲਾ ਉਹਦਾ ਉਹਦਾ ਲੇਖ ਹੈ, ਬਲਤਕਾਰ ਤੇ ਗੰਦੀ ਸਿਆਸਤ। ਮੈਂ ਰਾਤ 2 ਵਜੇ ਲਿਖੀ, 4 ਵਜੇ ਤੱਕ ਕੰਪਲੀਟ ਕਰਤੀ। ਸ਼ੁਰੂ ਤੋਂ ਲੈ ਕੇ ਅੱਜ ਤੱਕ ਔਰਤਾਂ ਨੂੰ ਸਿਵਾਏ ਜਿਸਮ ਦੇ ਕੀ ਸਮਝਿਆ ਗਿਆ ਹੈ? ਖੁਦਾ ਦੀ ਦਿੱਤੀ ਹੋਈ ਸੁੰਦਰ ਮੂਰਤ ਹੁੰਦੀ ਹੈ ਔਰਤ, ਜਿਸ ਨੂੰ ਪੈਰਾਂ ਥੱਲੇ ਰੌਂਦਿਆ ਜਾ ਰਿਹਾ ਹੈ। ਸਿਆਸਤ ਕਰਨ ਵਾਲਿਆਂ ਨੂੰ ਬਲਤਕਾਰੀ ਦਾ ਕੀ ਗਮ? ਇਹ ਕਿਹੜੀ ਉਹਨਾਂ ਦੀ ਆਪਣੀ ਧੀ ਹੁੰਦੀ ਹੈ? ਸਿਆਸਤ ਕਿਸ ਹੁਨਰਮੰਦੀ ਨਾਲ ਸੱਚਾਈ ਛੁਪਾਉਂਦੀ ਹੈ? ਜਿਵੇਂ ਸਿਸਕੀਆਂ ਦੀ ਆਵਾਜ਼ ਸ਼ਹਿਨਾਈ ਛੁਪਾਉਂਦੀ ਹੈ। ਜਿਹੜਾ ਇਹਨਾਂ ਦੀ ਤਹਿ ਤੱਕ ਜਾਂਦਾ ਹੈ ਮੁੜ ਵਾਪਸ ਨਹੀਂ ਆਉਂਦਾ, ਜਿਵੇਂ ਨਦੀ ਹਰ ਤੈਰਨੇ ਵਾਲੇ ਤੋਂ ਗਹਿਰਾਈ ਛੁਪਾਉਂਦੀ ਹੈ। ਇਹ ਬੱਚੀ ਚਾਹੁੰਦੀ ਹੈ ਹੋਰ ਕੁਛ ਦਿਨ ਆਪਣੀ ਮਾਂ ਨੂੰ ਖੁਸ਼ ਰੱਖਣਾ, ਆਪਣੇ ਕੱਪੜਿਆਂ ਦੀ ਮਦਦ ਨਾਲ ਆਪਣੀ ਲੰਬਾਈ ਛੁਪਾਉਂਦੀ ਹੈ। ਕਿਸੇ ਦੇ ਜ਼ਖਮ ਉੱਤੇ ਪੱਟੀ ਕੌਣ ਬੰਨੇਗਾ? ਅਗਰ ਭੈਣਾਂ ਹੀ ਨਾ ਰਹੀਆਂ ਤਾਂ ਰੱਖੜੀ ਕੌਣ ਬੰਨੇਗਾ? ਜਿੱਥੇ ਲੜਕੀ ਦੀ ਇੱਜ਼ਤ ਲੁੱਟਣਾ ਇੱਕ ਖੇਲ ਬਣ ਜਾਏ, ਉੱਥੇ ਐ ਕਬੂਤਰ ਤੇਰੇ ਚਿੱਠੀ ਕੌਣ ਬੰਨੇਗਾ? ਇਹ ਸ਼ਹੀਦਾਂ ਦੀ ਜ਼ਮੀਨ ਹੈ, ਬਲਤਕਾਰਾਂ ਦੀ ਨਹੀਂ। ਇਹਨਾਂ ਸਿਆਸਤਦਾਨਾਂ ਦੀਆਂ ਅੱਖੀਆਂ ਦੇ ਪੱਟੀ ਕੌਣ ਖੋਲੇਗਾ? ਮੇਰੇ ਪਿਆਰੇ ਵਤਨ ਦੇ ਲੋਗੋ, ਇਹ ਸਾਡੀਆਂ ਧੀਆਂ ਨੂੰ ਨੋਚਣ ਵਾਲੇ ਬੇਹਯਾ ਕੌਣ ਲੋਕ ਨੇ? ਇਹਨਾਂ ਦੇ ਗਲਾਂ ਵਿੱਚ ਫੰਦੇ ਦੀਆਂ ਰੱਸੀਆਂ ਕੌਣ ਬੰਨੇਗਾ? ਇਹ ਸਿਆਸਤਦਾਨ ਲੋਕ ਕੌਣ ਨੇ ਤੇ ਕਿਹੜੇ ਗੰਦੇ ਘਾਣੇ ਵਾਲੇ ਆ ਗਏ ਨੇ ਜਿਹੜੇ ਬਲਤਕਾਰਾਂ ਨੂੰ ਫਾਂਸੀ ਦੇਣੋਂ ਵੀ ਕਤਰਾਂਦੇ ਨੇ? ਇਹਨਾਂ ਸਿਆਸਤਦਾਨਾਂ ਦੇ ਨੱਕਾਂ 'ਚ ਨਕੇਲਾਂ ਕੌਣ ਪਾਵੇਗਾ? ਜੇ ਬੱਚੀਆਂ ਹੀ ਨਾ ਰਹੀਆਂ ਤਾਂ ਹਰੀ ਸਿੰਘ ਨਲੂਏ ਵਰਗੇ ਕੌਣ ਜੰਮੇਗਾ? ਨੌਜਵਾਨੋ, ਅਤੇ ਚੰਗੀ ਸੋਚ ਰੱਖਣ ਵਾਲਿਓ, ਉੱਠੋ, ਹੁਣ ਸਮਾਂ ਆ ਗਿਆ ਹੈ ਬਲਤਕਾਰਾਂ ਨੂੰ ਧਰਮ ਰਾਜ ਕੋਲ ਪਹੁੰਚਾਉਣਾ ਪਵੇਗਾ। ਨਾਲ ਹੀ ਇਹਨਾਂ ਗੰਦੇ ਘਰਾਣੇ ਵਾਲੇ ਸਿਆਸਤਦਾਨਾਂ ਨੂੰ ਵੀ ਸਬਕ ਸਿਖਾਉਣਾ ਪਵੇਗਾ। ਆਖਰੀ ਲੈਣ ਹੈ, ਜਦੋਂ ਤੱਕ ਜਿਉਂਦਾ ਹੈ ਤੁਹਾਡਾ ਗੁਰਦੀਪ, ਉਦੋਂ ਤੱਕ ਤੁਹਾਨੂੰ ਵੀ ਆਪਣੀ ਕਲਮ ਰਾਹੀਂ ਕੁੰਭਕਰਨੀ ਨੀਂਦ ਤੋਂ ਉਠਾਉਂਦਾ ਰਹੂਗਾ। ਕੁੰਭਕਰਨੀ ਨੀਂਦ ਤੋਂ ਉਠਾਉਂਦਾ ਰਹੂਗਾ। ਕੀ ਬਾਤ ਹੈ, ਥੈਂਕ ਯੂ ਜੀ। ਬਹੁਤ ਵਧੀਆ ਰਾਈਟਰ, ਪਰ ਮੈਂ ਉਹਦਾ ਛਪਾਉਂਦਾ ਨਹੀਂ।
ਕੋਸ਼ਿਸ਼ ਕਰਾਂਗਾ। ਥੈਂਕ ਯੂ ਸੋ ਮਚ। ਜ਼ਰੂਰ ਜ਼ਰੂਰ ਆਪਣੀ ਕਲੈਕਸ਼ਨ ਨੂੰ ਕੋਸ਼ਿਸ਼ ਕਰੋ, ਬੜਾ ਈਜ਼ੀ ਹੈ ਹੁਣ ਯੂ ਨੋ ਛੁਪਾਉਣ ਦੀ ਗੱਲ ਕਰੋ। ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ। ਰਾਤ ਦੇ 2 ਵਜੇ ਇਹਨਾਂ ਨੇ ਲਿਖੀ ਹੈ, ਸੋ ਯੂ ਨੋ ਥੈਂਕ ਯੂ ਫੋਰ ਸ਼ੇਅਰਿੰਗ। ਅਸੀਂ ਇਹਦਾ ਮਤਲਬ ਗੱਲਬਾਤ ਦੇ ਸਾਰਾ ਪਰਿਵਾਰ ਫਸਟ ਸੀਗੇ ਜਿਹੜੇ ਇਸ ਪੋਇਮ ਨੂੰ ਅਸੀਂ ਸੁਣ ਸਕੇ। ਥੈਂਕ ਯੂ। ਹੋਰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਦੱਸੋ ਜਸਪਾਲ ਜੀ। ਸ਼ਾਇਦ ਥੋੜ੍ਹਾ ਜਿਹਾ ਜ਼ਿਆਦਾ ਬੋਲ ਜਾ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਨਹੀਂ ਦੱਸੋ, ਜੋ ਕੁਛ ਹੋ ਰਿਹਾ ਨਾ ਦੁਨੀਆ ਦੇ ਵਿੱਚ, ਹਾਂਜੀ ਅਸੀਂ ਉਲਾਮਾ ਦੇ ਦਿੰਦੇ ਉਸ ਰੱਬ ਨੂੰ, ਸਾਡਾ ਉਹਦੇ 'ਚ ਆਪਣਾ ਹੋਇਆ ਬੜਾ ਹਿੱਸਾ। ਬਿਲਕੁਲ। ਦੂਸਰੀ ਗੱਲ ਜੇ ਹੋਰ ਦੱਸੀ, ਬਿਮਾਰੀ ਛੇੜੀ ਆਪ ਹੈ, ਤੁਹਾਨੂੰ ਸੰਭਾਲਣਾ ਵੀ ਉਹਦਾ ਤਾਂ ਪਿੱਛੇ ਇੰਟਰਫੇਰੈਂਸ ਇੰਨੀ ਕਰ ਕੇ ਸਾਨੂੰ ਉਹਨੇ ਰਸਤਾ ਦਿਖਾਉਣਾ ਤੇ ਸਾਨੂੰ ਰਸਤੇ ਚੱਲਣ ਵਾਸਤੇ ਪ੍ਰਪੱਖ ਕਰਨਾ। ਨਰਸਿੰਗ ਪ੍ਰੋਫੈਸ਼ਨ ਵਿੱਚ ਮੇਰੇ ਮਿਸਿਸ ਨੇ ਬੱਚੇ ਬੇਟੇ ਬੇਟਾ ਬੇਟੀ ਦੋਨੋਂ ਨੇ ਜੀ, ਇਹਨਾਂ ਡਿਊਟੀ 'ਤੇ ਜਾਂਦੇ ਤਾਂ ਮੈਨੂੰ ਲੱਗਦਾ ਵੀ ਸ਼ਾਮ ਨੂੰ ਪਤਾ ਨਹੀਂ ਕਿਸ ਤਰ੍ਹਾਂ ਆਉਣਾ ਤਾਂ ਕਦੇ ਨਹੀਂ। ਲੇਕਿਨ ਮੇਰੇ ਲਈ ਇੱਕ ਪੋਜ਼ਿਟਿਵ ਜਿਹੜੀ ਚੀਜ਼ ਹੈ, ਮੇਰੇ ਨਾਲ ਦੱਸੇ ਵਿੱਚ ਪੱਟ ਕਦੀ ਨਹੀਂ ਘਰ ਰੱਖਿਆ, ਚੌਕੀ ਰੱਖੀ ਛੋਟੀ, ਨਾਲ ਲੱਸੀ ਰੱਖਿਆ। ਤੁਸੀਂ ਗੱਲ ਕਰ ਰਹੇ ਸੀ ਗੱਲਬਾਤ, ਮੈਂ ਉਹਦੇ ਨਾਲ ਗੱਲਾਂ ਕਰਦਾ ਪਰ ਨਹੀਂ ਮੰਨਣਾ ਉਹਦੀਆਂ ਗੱਲਾਂ ਦੇ ਰਿਸਪੋਂਸ ਜਿਹੜੇ ਐਕਸਪ੍ਰੈਸ਼ਨ ਨੇ ਉਹ ਮਤਲਬ ਕਿੰਨਾ ਫਰਕ ਪਾਉਂਦੇ ਮੈਨੂੰ। ਤਾਂ ਮੈਂ ਹੁਣ ਰਾਤ 2 ਵਜੇ ਤੱਕ ਇਕੱਲੇ ਰਹਿਣਾ ਜਿਹਦੇ ਨਾਲ ਚਰਨਜੀਤ ਕੌਰ ਨੇ ਆਉਣਾ ਨਹੀਂ ਹੈ। ਔਰ ਮੈਨੂੰ 10 ਸਾਲ ਤੋਂ ਜ਼ਿਆਦਾ ਹੋ ਗਿਆ ਪਾਰਕਿੰਸਨ ਡਿਸੀਜ਼ ਡਾਇਗਨੋਸ ਹੋਈ ਨੂੰ ਜੀ। ਡਾਕਟਰ ਦਰਸ਼ਨ ਹੋਰਾਂ ਨੇ ਇੰਨੀ ਗੱਲ ਕਹੀ ਸੀ ਕਿ 5 ਤੋਂ 10 ਸਾਲ ਤੋਂ ਜੇਕਰ ਤੂੰ ਬੈੱਡ 'ਤੇ ਨਾ ਹੋਇਆ ਤਾਂ ਤੈਨੂੰ ਵੀਲਚੇਅਰ ਤੋਂ ਕੋਈ ਨਹੀਂ ਰੋਕ ਸਕਦਾ। 2 ਗੱਲਾਂ ਬਹੁਤ ਜ਼ਰੂਰੀ ਮੈਂ ਕਰਨੀਆਂ ਚਾਹੁੰਦਾ, ਇੱਕ ਤਾਂ ਪਰਮਾਤਮਾ 'ਤੇ ਭਰੋਸਾ ਜਿਹੜਾ ਕਿ ਆਮ ਲੋਕਾਂ ਨੂੰ ਪਤਾ ਨਹੀਂ ਆ, ਦੂਸਰਾ ਸਾਡਾ ਇੱਕ ਦੂਜੇ ਦਾ ਪਿਆਰ ਜਿਹਦੀ ਅੱਜ ਅਸੀਂ ਕਦਰ ਨਹੀਂ ਕਰ ਰਹੇ, ਤੁਹਾਨੂੰ ਭਾਵਕ ਦੇਖ ਕੇ ਤੁਹਾਨੂੰ ਖੁਸ਼ ਦੇਖ ਕੇ ਸਾਡੇ ਮੇਰੇ ਨੂੰ ਇਸ ਤਰ੍ਹਾਂ ਕਹਿੰਦੇ ਨਾ ਮਤਲਬ ਇੱਕ ਮੋਰਲ ਸਪੋਰਟ ਮਿਲਦੀ ਆ, ਉਸ ਕਰਕੇ ਮੈਂ ਸ਼ੋਅ ਤੁਹਾਡੇ ਦੇਖਦਾ ਤੁਹਾਡੀ ਗੱਲ ਪਾਸ ਹੁੰਦਾ ਹੁਣ ਨਾ ਆਪਣੇ ਮਨ ਦੀ ਗੱਲ ਇਸ ਕਰਕੇ ਕਰੀ ਕਰੀ ਕਰੀਦੀ ਆ ਕਿ ਵਿਹਲਾ ਬੈਠਾ ਬੰਦਾ ਹੋਰ ਕੀ ਕਰੇ। ਲੇਕਿਨ ਜੋ ਤੁਸੀਂ ਮੇਰਾ ਸੋਸ਼ਲ ਸਰਕਲ ਦੇਖਿਆ ਜਾਂ ਜੋ ਕੁਛ ਵੀ ਦੇਖਿਆ ਇਹ ਰੱਬ ਦੀ ਦਾਤ ਹੀ ਆ ਮੇਰੇ ਕੋਲ, ਆਪਣੀ ਕੋਈ ਕਰਤੂਤ ਨਹੀਂ ਹੈ, ਲੱਲੂ ਕਰੇ ਕਬੱਲੀ ਰੱਬ ਸਿੱਧੀਆਂ ਪਾ ਕੇ, ਇਸ ਤੋਂ ਬਾਅਦ ਮੈਂ ਹੋਰ ਕੁਛ ਨਹੀਂ ਕਰ ਸਕਦਾ। ਸਰ ਪੋਜ਼ਿਟਿਵ ਰਹੋ, ਇਹ ਕੋਈ ਗੱਲ ਹੀ ਨਹੀਂ ਸੀ, ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣਗੇ, ਸਾਰੇ ਤਰ੍ਹਾਂ ਦੇ ਰੰਗ ਤੁਹਾਨੂੰ ਦੱਸਣੇ ਨੇ, ਇੱਕ ਪਰਖ ਦਾ ਟਾਈਮ ਆ ਬਸ ਇਸ ਪੂਰਾ ਵਰਕ ਕਰਨ ਵਾਸਤੇ ਪੋਜ਼ਿਟਿਵ ਰਹੀ ਰਲ ਮਿਲ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ, ਥੈਂਕ ਯੂ ਜਸਪਾਲ ਜੀ। ਵਾਕਈ ਯੂ ਨੋ ਇਕੱਲੇ ਬੰਦੇ ਦਾ ਸਾਥ ਹੋ, ਔਰ ਫਿਰ ਦੇਖੋ ਸਾਰੇ ਹੈਟਸ ਆਫ ਟੂ ਹਿਮ, ਸਾਰਾ ਪਰਿਵਾਰ ਹੈਲਥ ਪ੍ਰੋਫੈਸ਼ਨਲਸ ਹੈ, ਸੋ ਨਰਸਿਸ ਹੈਗੇ ਹੈ ਜਾ ਕੇ, ਉਹੀ ਕਹਿੰਦੇ ਨਾ ਅੱਜ ਦੀ ਜੰਗ ਜਿਹੜੀ ਹੈ ਉਹ ਡਾਕਟਰਸ ਲੜ ਰਹੇ ਨੇ, ਹੈਲਥ ਪ੍ਰੋਫੈਸ਼ਨਲਸ ਲੜ ਰਹੇ ਨੇ, ਨਰਸਿਸ ਲੜ ਰਹੇ ਨੇ, ਸਾਰਾ ਸਟਾਫ ਉੱਥੇ ਜਿਹੜਾ ਕੰਮ ਕਰ ਰਿਹਾ, ਸੋ ਹਿਜ਼ ਫੈਮਲੀ ਇਜ਼ ਫੁੱਲ ਆਫ ਦੋਜ਼ ਮੈਂਬਰਸ, ਸੋ ਯੂ ਨੋ ਜ਼ਰੂਰ ਸਾਰੇ ਇਹਨਾਂ ਨੂੰ ਅਤੇ ਹੋਰ ਸਾਰੇ ਹੈਲਥ ਪ੍ਰੋਫੈਸ਼ਨਲਸ ਨੂੰ ਸਲਾਮ ਹੈ ਜਿਹੜੇ ਇਸ ਵੇਲੇ ਫਰੰਟ 'ਤੇ ਹੈਗੇ ਨੇ ਇਸ ਜੰਗ ਦੇ ਵਿੱਚ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ, ਅਤੇ ਤੁਸੀਂ ਕਾਲ ਜ਼ਰੂਰ ਕਰੋ ਐਂਡ ਕੋਈ ਚੁਟਕਲਾ ਹੀ ਸੁਣਾ ਦਿਓ। ਵੈਲਕਮ ਬੈਕ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਕੀ ਸ਼ੇਅਰ ਕਰਨਗੇ। ਹੈਲੋ, ਜਾ ਰਿਹਾ ਮਹਾਰਾਜ। ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ? ਮੈਂ ਪਾਲ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ। ਹਾਂਜੀ ਸਵਾਗਤ ਹੈ, ਸਭ ਠੀਕ ਹੈ? ਆਲ ਇਜ਼ ਗੁੱਡ ਐਟ ਹੋਮ? ਆਲਮੋਸਟ। ਅੱਛਾ ਕਿਉਂ ਆਲਮੋਸਟ? ਗੱਲ ਇਹ ਕਿ ਮੈਂ ਆਲਮੋਸਟ ਇਸ ਤਰ੍ਹਾਂ, ਹਾਂਜੀ, ਕਿ ਵੀ ਜਦੋਂ ਸਾਰੇ ਹੁਣ ਇਕੱਠੇ ਕਰ ਰਹੇ ਨੇ ਘਰ ਦੇ ਵਿੱਚ, ਇਹੋ ਹੀ ਆ ਅਸੀਂ ਜਿਹੜੇ ਪੰਜਾਬੀ ਆ ਨਾ, ਹਾਂਜੀ, ਮੈਂ ਉਹ ਜਿਹੜੇ ਨਾ ਅਸੀਂ ਜਿਹੜੇ ਖਾਸ ਕਰ ਅਸੀਂ ਇਹ ਨਹੀਂ, ਮੈਨੂੰ ਇੱਕ ਸੱਜਣ ਮੇਰੇ ਨਾ ਗੁਰਦੁਆਰਾ ਸਾਹਿਬ ਗਏ ਤੇ ਉੱਥੇ ਕਿਸੇ ਹੈਗਾ ਸੀ ਥੋੜਾ ਜਿਹਾ, ਤੇ ਉੱਥੇ ਉਹ ਕਹਿਣ ਲੱਗੀ ਹੈ ਦੇਖੋ ਜੀ ਹੋਲਾ ਮਹੱਲੇ ਦਾ ਫੰਕਸ਼ਨ ਹੈ ਇੰਡੀ ਦਿੱਲੀ 'ਚ, ਉਹ ਪੰਜਾਬ 'ਚ ਹੋਇਆ, ਦੇਖੋ ਹੋਲਾ ਮਹੱਲੇ ਤੇ ਕਿਸ ਤਰ੍ਹਾਂ ਜਨਤਾ ਇਕੱਠੀ ਹੋਈ ਹੈ, ਇਹ ਐਵੇਂ ਇੱਥੇ ਗੁਰਦੁਆਰਾ ਸਾਹਿਬ ਅਸੀਂ ਬੰਦ ਨਹੀਂ ਕੀਤੇ ਜੀ, ਤੇ ਸਿੱਖ ਕੋਲੀਸ਼ਨ ਵਾਲਿਆਂ ਦੇ ਮੇਲ ਆਈ ਹੈ ਕਿ ਕਹਿੰਦੇ ਨੇ ਜੀ ਗੁਰਦੁਆਰਾ ਸਾਹਿਬ ਕਾਫੀ ਜਿਹੜੇ ਨਾ ਬੇ ਏਰੀਆ ਦੇ ਸਾਡੇ ਇੱਥੇ ਉਹਨਾਂ ਨੇ ਬੰਦ ਕਰਤੇ, ਬੰਦ ਕਰਦਾ ਇਹਦਾ ਮਤਲਬ ਸੈਂਸ ਇਹ ਹੈ ਕਿ ਸੰਡੇ ਦੀ ਜਿਹੜੀ ਗੈਦਰਿੰਗ ਹੈ ਉਹ ਗੈਦਰਿੰਗ ਬਹੁਤ ਘਟਾਤੀ ਹੈ। ਬਿਲਕੁਲ ਹਾਂਜੀ, ਇਹ ਸਾਨੂੰ ਪ੍ਰਕਾਸ਼ ਡੋਟ ਪੈਨਿਕ ਹੀ ਨਹੀਂ ਹੋਣਾ ਚਾਹੀਦਾ, ਰਾਈਟ, ਪਰ ਕੇਅਰਫੁਲ ਹੋਣਾ ਚਾਹੀਦਾ। ਕੇਅਰਫੁਲ ਬਿਲਕੁਲ ਜ਼ਰੂਰੀ ਹੈ। ਇੰਡੀਵਿਜੁਅਲ ਪ੍ਰੇਅਰਸ ਵਾਸਤੇ ਕੁਝ ਗੁਰਦੁਆਰੇ ਖੁੱਲੇ ਹੈ, ਇੰਡੀਵਿਜੁਅਲੀ ਜਾ ਕੇ ਬੰਦਾ ਪ੍ਰੇਅਰ ਕਰਾਏ, ਕਿਉਂਕਿ ਇਸ ਵੇਲੇ ਬੰਦੇ ਘਬਰਾਏ ਵੀ ਪਏ ਹੈ, ਬਟ ਅਦਰਵਾਈਜ਼ ਕੋਈ ਗੈਦਰਿੰਗ ਤੋਂ 3 ਬੰਦੇ ਵੀ ਇਕੱਠੇ ਨਾ ਹੋਣ।
ਹੁਣ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹਨਾ, ਨਿਊਯਾਰਕ ਟਾਈਮਸ ਦੇ ਵਿੱਚ ਇੱਕ ਆਰਟੀਕਲ ਛਪਿਆ। ਓਕੇ ਦੱਸੋ। ਉਹ ਕਹਿੰਦੇ ਮੈਂ ਉਹ ਇਸ ਕਰਕੇ ਲੋਕ ਪੈਨਿਕ ਨਾ, ਉਹ ਕਹਿੰਦੇ ਜਿਹੜੇ ਲੋਕ ਨਿਊਯਾਰਕ ਵਗੈਰਾ ਜਿਹੜੇ ਸਟੇਟ ਜਿਹੜੀ ਬਾਹਰ ਹਾਂਜੀ ਉੱਥੇ ਕਿ ਦੇ ਆਰ ਵਰੀਡ, ਉਹ ਕੋਈ ਟਾਇਲਟ ਪੇਪਰ ਨਹੀਂ ਹੈਗਾ, ਦੇ ਆਰ ਮੋਰ ਵਰੀਡ ਕਿ ਉਹ ਗੰਦ ਖਰੀਦ ਰਹੇ ਨੇ ਕਿ ਰੋਇਟਸ ਨਾ ਹੋ ਜਾਣ ਇਸ ਤਰੀਕੇ ਨਾਲ ਵੀ ਕੋਈ ਚੱਕਰਬਾਜ਼ੀ ਨਾ ਹੋ ਜਾਵੇ। ਸਾਡੇ ਕੋਲ ਪੰਜਾਬੀਆਂ ਕੋਲ ਖਾਲਸਾ ਤੇ ਕਮ ਸੇ ਕਮ ਅਸੀਂ ਸ੍ਰੀ ਸਾਹਿਬ ਕੋਈ ਇਹੋ ਜਿਹਾ ਹਥਿਆਰ ਤੇ ਰੱਖੀ। ਆਈ ਥਿੰਕ ਉੱਥੇ ਤੱਕ ਨਹੀਂ, ਬੜੇ ਸਾਰੇ ਇੱਥੇ ਕੋਈ ਐਸੀ ਦੇਖੋ ਗੱਲ ਹੈ। ਮੈਂ ਨਾ ਮੈਂ ਇਸੇ ਕਰਕੇ ਕਹਿੰਦੇ ਕਿਹਾ ਸੀ ਨਿਊਯਾਰਕ ਟਾਈਮਸ ਦਾ ਮੈਂ ਕੋਟ ਕਰ ਰਿਹਾ, 16 ਤਰੀਕ ਦੇ ਵਿੱਚ ਉਹਦਾ ਆਰਟੀਕਲ ਛਪਿਆ ਜੀ 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 ਯਾਹੂ ਦੇ ਉੱਤੇ ਆਇਆ, ਤੇ ਮੈਂ ਇਸ ਕਰਕੇ ਕਿਹਾ ਇਗਨੋਰੈਂਸ ਆਫ ਲਾ। ਹੁਣੇ ਜਿਵੇਂ ਮੇਰੇ ਗੁਰਦੀਪ ਸਿੰਘ ਜੀ ਕਹਿ ਕੇ ਗਏ ਨੇ, ਬਹੁਤ ਸਿਆਣੇ ਬੰਦੇ ਲੱਗੇ ਨੇ ਮੈਨੂੰ ਜੀ ਜੀ, ਉਹ ਜਿਹੜੀ ਉਹਨਾਂ ਨੇ ਕਵਿਤਾ ਸੁਣਾਈ ਉਹ ਦਿਨ, ਲੇਕਿਨ ਚੀਜ਼ ਹੈਗੀ ਜਿਹੜਾ ਅਸੀਂ ਲੇਟੈਸਟ ਸੁਣਾ ਲੋਕਾਂ ਦਾ, ਮੈਨੂੰ ਉਹਦੀ ਮੈਂ ਗੂਗਲ ਨਹੀਂ ਕਰਦਾ ਇਸ ਤਰੀਕੇ ਨਾਲ ਨਹੀਂ ਕਰਦਾ, ਜਦ ਤੱਕ ਅਸੀਂ ਲੇਟੈਸਟ ਇਨਫੋਰਮੇਸ਼ਨ ਇੰਟਰਨੈਟ ਦੇ ਉੱਤੇ ਜਾ ਕੇ ਪੜ੍ਹਾਂਗੇ ਨਹੀਂ ਸਮਝਾਂਗੇ ਨਹੀਂ। ਜੇ ਉਹ ਇਸ ਤਰ੍ਹਾਂ ਆਏ ਨੇ ਉਹਦੇ ਉੱਤੇ ਤੇ ਰਿਟਾਇਰ ਬੰਦੇ ਠੀਕ ਹੈ, ਮੈਂ ਵੀ ਘੜੀ ਨਹੀਂ ਰੱਖਦਾ ਤੇ ਫੋਨ ਨਹੀਂ ਚੁੱਕਦਾ। ਅੱਛਾ ਜੀ, ਕਿਉਂ ਰਿਟਾਇਰ ਲੈਟ ਅਸ ਇੰਜੋਏ ਦਾ ਲਾਈਫ ਰਾਈਟ, ਪਰ ਲੇਕਿਨ ਇਗਨੋਰ ਇੱਕ ਚੀਜ਼ ਸਟੇਜ ਜਿਹੜਾ ਆਪਣੀ ਜੇ ਇਨਫੋਰਮੇਸ਼ਨ ਹੈ। ਹੁਣ ਇੰਡੀਆ ਦੇ ਵਿੱਚ ਕੀ ਹੋਇਆ, ਅਖਬਾਰ ਜਿਹੜੀ ਛਪਦੀ ਹੈ ਸਾਰੀਆਂ ਦੋ ਤਿੰਨ ਪੇਪਰ ਪੜ੍ਹਦਾ ਇੰਟਰਨੈਟ ਦੇ ਉੱਤੇ ਜਾ ਕੇ, ਉੱਥੇ ਪਤਾ ਲੱਗਦਾ ਕੀ ਹੋ ਰਿਹਾ। ਜੀ ਜੀ ਜੀ, ਹੁਣ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਵਾਂ, ਰੇਡੀਓ ਤੇ, ਉਹਦੇ ਵਿੱਚ ਮੈਂ ਜਸ ਪੰਜਾਬੀ ਵਾਲਿਆਂ ਨੂੰ ਇਹ ਕਹਾਂਗਾ, ਭਾਈ ਜਸੋ ਕਿ ਅਸੀਂ ਫੋਨ ਦੇ ਉੱਤੇ ਗੱਲ ਤੁਹਾਡੇ ਨਾਲ ਆਰਡਰ ਕਰ ਰਹੇ ਹਾਂ, ਜਿਹੜਾ ਹੈਗਾ ਤੁਹਾਡਾ ਟੀਵੀ ਜਿਹੜਾ ਉਹਦੀ ਜਿਹੜੀ ਕੰਮ ਜਗ੍ਹਾ ਆਵਾਜ਼ ਫੋਟੋ ਤੇ ਨਹੀਂ ਦੇ ਸਕਦੇ, ਉਹ ਇਸ ਟੈਕਨੋਲੋਜੀ ਵੱਧ ਚੁੱਕੀ ਹੈ ਜੀ, ਇਹ ਜਿਹੜੀ ਆਵਾਜ਼ ਤੇ ਅਸੀਂ ਸੁਣ ਸਕੀਏ ਤੇ ਪਹਿਲੀ ਗੱਲ, ਔਰ ਦੂਜੀ ਗੱਲ ਹੈ ਡੋਂਟ ਪੈਨਿਕੀ, ਅਵਾਇਡ ਕਰੋ ਜਿੱਥੇ ਤੱਕ ਵੱਧ ਹੋ ਸਕੇ, ਖਾਸ ਕਰਕੇ 60 ਦੇ ਪਲੱਸ ਦੇ ਜਿਹੜੇ ਬਜ਼ੁਰਗ ਨੇ, ਜਿਹੜੇ ਬੱਚੇ ਜਿਹੜੇ ਆਉਂਦੇ ਨੇ, ਇੱਕ ਬੰਦਾ ਅਸੀਂ ਪੰਜਾਬ 'ਚ ਜਿਹੜੇ ਉਸ ਤਰ੍ਹਾਂ 'ਚ ਹਿੰਦੁਸਤਾਨ 'ਚ ਇਸ ਤਰ੍ਹਾਂ ਤੁਰ ਜਾਂਦੇ ਨੇ, ਉਹ ਕਰੋਨਾ ਵਾਇਰਸ ਕਹਿ ਰਿਹਾ ਜੀ, ਮੈਂ ਤਾਂ ਮੋਦੀ ਜੀ ਨੂੰ ਅੰਦਰ ਬੰਦ ਕਰਤਾ ਕਿ ਹਵਾਈ ਜਹਾਜ਼ਾਂ 'ਤੇ ਉੱਡ ਕੇ ਇੱਧਰ ਉੱਧਰ ਜਾਂਦੇ ਸੀ ਨਾ, ਉਹ ਕਮਰੇ 'ਚ ਬੰਦ ਕਰਤੇ। ਆਈ ਨੋ ਜੋਕਸ ਤਾਂ ਬਹੁਤ ਸਾਰੇ ਸੁਣੇ ਆ ਕਰੋਨਾ ਵਾਇਰਸ ਤੇ ਸ਼ੁਰੂ ਤੋਂ, ਹੁਣ ਘੱਟ ਰਹੇ ਆ ਕਿਉਂਕਿ ਹੋਰ ਸੀਰੀਅਸਨੈਸ ਹੋਈ ਜਾ ਰਹੀ ਹੈ, ਸੋ ਬਿਲਕੁਲ ਸਹੀ ਕਹਿ ਰਹੇ ਤੁਸੀਂ। ਇੱਕ ਇਹਨੇ ਓਵਰ ਕਾਸ਼ੀਅਸ ਹੋ, ਜੇ ਬੱਚੇ ਤੁਹਾਡੇ ਹੁਣ ਸਕੂਲ ਦਾ ਬੰਦ ਕਰਤੇ ਨੇ ਜੀ, ਇੰਡੀਆ 'ਚ ਵਾਲੇ ਸਕੂਲ ਨਹੀਂ ਬੰਦ ਕੀਤੇ ਉਹਨਾਂ ਨੇ, ਕਰਤੇ ਆ ਬੜੀ ਜਗ੍ਹਾ ਤੇ ਗਿਆ, ਕਈ ਜਗ੍ਹਾ ਤੇ ਕਈ, ਮੈਂ ਹੁਣ ਇੰਗਲੈਂਡ ਮੇਰੀ ਬੇਟੀ ਨਾਲ ਗੱਲ ਹੋਈ, ਉਹ ਕਹਿੰਦੇ ਸਕੂਲ ਉੱਥੇ ਬੰਦ ਨਹੀਂ ਹੋਏ। ਹਾਂ, ਤੇ ਇਸ ਕਰਕੇ ਨਾ ਉਹ ਕਹਿ ਰਹੇ ਨੇ, ਇੱਕ ਬੰਦਾ ਇਹ ਕਹਿ ਰਿਹਾ ਸੀ ਇੰਨਾ ਕਾਸ਼ੀਅਸ ਹੈ ਕਿ ਜਿਸ ਵਕਤ ਜਿਹੜਾ ਬੰਦਾ ਤੁਹਾਡੇ ਘਰ ਦੇ ਅੰਦਰ ਐਂਟਰ ਕਰਦਾ, ਉਹ ਜੀ ਬਾਹਰੋਂ ਆਇਆ, ਡੋਂਟ ਲੈਟ ਹਿਮ ਟੱਚ ਯੋਰ ਹੈਂਡਲ ਨੂੰ ਕਰਕੇ ਦਰਵਾਜ਼ਾ ਨਾ ਖੋਲੇ, ਉਹ ਆਏ ਨੌਕ ਕਰੇ, ਤੁਸੀਂ ਉਹ ਦਰਵਾਜ਼ਾ ਖੋਲੋ ਜਿਹੜਾ ਬੰਦਾ ਬਾਹਰੋਂ ਆਇਆ, ਜੇ ਉਹਨੇ ਤੁਹਾਡਾ ਘਰ ਦਾ ਜੀ ਹੈ ਉਹਨੂੰ ਪਹਿਲੇ ਜਾ ਕੇ ਸਾਬਣ ਨਾਲ ਹੱਥ ਧੋ, ਪ੍ਰੀਕਾਸ਼ਨ ਲਓ। ਬਿਲਕੁਲ, ਤੇ ਇਹੋ ਜਿਹੀਆਂ ਪ੍ਰੀਕਾਸ਼ਨ ਬਹੁਤ ਜ਼ਰੂਰੀ ਨੇ, ਬੀ ਕੇਅਰਫੁਲ, ਥਿੰਕ ਆਫ ਦੀ ਬੈਸਟ ਐਂਡ ਬੀ ਪ੍ਰੀਪੇਅਰ ਫਾਰ ਦੀ ਵਰਸਟ। ਤੁਹਾਡਾ ਧੰਨਵਾਦ, ਤੁਹਾਡੇ ਨਾਲ ਸਾਡਾ ਕੋਈ ਗਿਲਾ ਨਹੀਂ, ਤੁਹਾਡਾ ਤੇ ਜੇ ਗਿਲੇ ਤੇ ਚੱਲਦੇ ਰਹਿਣਗੇ, ਪਰ ਇਹੋ ਤੁਹਾਡੇ ਸਰੋਤਿਆਂ ਦੀ ਸਲਾਹ ਉਹਨਾਂ ਗੁਰਦੀਪ ਸਿੰਘ ਜੀ ਨੂੰ ਮੈਂ ਕਹਿਣਾ ਚਾਹਾਂਗਾ, ਬਹੁਤ ਸੁਲਝੇ ਤੁਸੀਂ ਸਰੋਤੇ ਹੋ, ਤੁਸੀਂ ਇਹਨੂੰ ਲੇਟੈਸਟ ਜਿਹੜੀ ਚੀਜ਼ ਹੈ ਇੰਟਰਨੈਟ ਤੇ ਜਾ ਕੇ ਗੂਗਲ ਕਰਕੇ, ਕੋਈ ਤੁਹਾਡੀ ਪ੍ਰੋਬਲਮ ਹੋਵੇ ਗੂਗਲ ਤੇ ਜਾ ਕੇ ਬੋਲੋ, ਉਹਦੇ ਬੋਲਦੇ ਤੇ ਉਹ ਤੁਹਾਨੂੰ ਜਵਾਬ ਦਿੰਦੇ ਨੇ। ਓਕੇ ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਬਾਲ ਸਾਹਿਬ, ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸਹੀ ਕਹਿ ਰਹੇ ਨੇ ਕਿ ਅਵੇਅਰਨੈਸ ਜ਼ਰੂਰੀ ਹੈ, ਇਨਫੋਰਮੇਸ਼ਨ ਚਾਹੀਦੀ ਹੈ ਸਾਨੂੰ, ਪਰ ਉਹੀ ਚੀਜ਼ ਐਂਗਜ਼ਾਇਟੀ ਵੀ ਔਨ ਕਰੀਏ, ਯੂ ਨੋ ਇੰਡਿਊਸ ਕਰ ਰਹੀ ਹੈ ਸਾਡੇ, ਜਿਹੜਾ ਅਸੀਂ ਲਗਾਤਾਰ ਫੀਡ ਦੇਖੀ ਜਾ ਰਹੇ ਹਾਂ, ਸੋ ਵੀ ਹੈਵ ਟੂ ਕੱਟ ਆਰਸੈਲਵਸ ਫਰੋਮ ਦੈਟ ਫੋਰ ਸਮ ਟਾਈਮ। ਸੋ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਅਸੀਂ ਸੋਚ ਰਹੇ ਸੀ ਕਿ ਤੁਹਾਡੇ ਨਾਲ ਕੋਈ ਹੋਰ ਗੱਲ ਕਰੀਏ, ਬਟ ਦਿਮਾਗ ਕਿਤੇ ਹੋਰ ਜਾ ਹੀ ਨਹੀਂ ਰਿਹਾ, ਸੋ ਵੀ ਦਿਸ ਨੋ ਹਾਰਮ ਟਾਈਮ। ਮੈਂ ਕਿਹਾ ਕਿ ਜੋ ਮਨ ਚਾਹੁੰਦਾ ਅੱਜ ਸ਼ੇਅਰ ਜ਼ਰੂਰ ਕਰੋ, ਕਿਉਂਕਿ ਪਰਿਵਾਰ ਦਾ ਮਤਲਬ ਇਹੀ ਹੈ ਕਿ ਮਨ ਜਿਸ ਚੀਜ਼ ਤੋਂ ਪਰੇਸ਼ਾਨ ਹੈ, ਜਾਂ ਤੁਸੀਂ ਕਿਸੇ ਹੋਰ ਨੂੰ ਯੂ ਨੋ ਹਸਾਉਣਾ ਚਾਹੁੰਦੇ ਹੋ, ਜਾਂ ਕੁਛ ਵੀ ਜੋ ਤੁਸੀਂ ਸ਼ੇਅਰ ਕਰਨਾ ਚਾਹੋ। ਲੈਟ ਮੀ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਹੈਲੋ। ਜਿਵੇਂ ਹੀ ਤੁਹਾਡਾ ਫੋਨ ਮਿਲਦਾ ਹੈ, ਤੁਸੀਂ ਟੀਵੀ ਦੇ ਉੱਤੇ ਧਿਆਨ ਨਾਲੋਂ ਆਪਣੇ ਫੋਨ ਵੱਲ ਧਿਆਨ ਦਿਓ। ਹੈਲੋ ਅਰਵਿੰਦ, ਸਤਿ ਸ਼੍ਰੀ ਅਕਾਲ, ਮਿਸਿਸ ਗਰੇਵਾਲ ਬੋਲਦੀ ਹਾਂ। ਸਤਿ ਸ਼੍ਰੀ ਅਕਾਲ ਮਿਸਿਸ ਗਰੇਵਾਲ, ਬੜੇ ਦਿਨ ਹੋ ਗਏ, ਤੁਹਾਡੀ ਆਵਾਜ਼ ਹੀ ਨਹੀਂ ਸੁਣੀ। ਬੜੇ ਕਹਿੰਦੇ, ਦੋ ਵਾਰ ਮੈਨੂੰ ਆਵਾਜ਼ ਨਹੀਂ ਤੁਹਾਡੀ ਆਈ ਹੈਗੀ, ਮੈਂ ਨੰਬਰ ਲਾਇਆ ਸੀਗਾ। ਓ ਅੱਛਾ 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 ਅੱਛਾ, ਕੀ ਹਾਲ ਤੁਹਾਡੀ, ਹੈਲੋ ਹੈਲੋ ਹੋਈ ਵੀ ਅੰਦਰ, ਮੇਰੀ ਹੈਲੋ ਹੈਲੋ ਹੋਈ ਗਈ। ਹਾਂਜੀ ਹਾਂਜੀ,
ਕੀ ਹਾਲ ਤੁਹਾਡਾ? ਨਾ ਸਾਰੇ ਇੱਥੇ ਵਧੀਆ ਵਧੀਆ, ਜਿਹੜਾ ਡਰ ਸਹਿਮਿਆ ਹੋਇਆ ਡਰੇ ਆ, ਹੋਰ ਤਾਂ ਕੁਛ ਨੀ, ਬਾਕੀ ਜੋ ਡਾਕਟਰ ਕਹਿੰਦੇ ਨੇ ਉਹ ਫਾਲੋ ਕਰੋ, ਬਾਕੀ ਅਰਵਿੰਦਰ ਦੇ ਦੁਨੀਆ ਨਾਲ ਬਣ ਗਈ ਜੀ। ਬਿਲਕੁਲ, ਸਾਰੇ ਇਕੱਠੇ ਆ, ਇੱਕ ਚੀਜ਼ ਇਹੀ ਕਿ ਅਸੀਂ ਸਾਰੇ ਇਹਦੇ ਚ ਇਕੱਠੇ ਆ, everybody is together. dusra follow karo par ghar vich jive har vele ohi gal karan naal oh badiyan cheezan jehdiyan assi kar sakde ha jehdi shayad sanu time hi nahi milda. mainu lagda main naviyan naviyan dishes try kar rahi ha. so tuhanu haath di gal dassi ha, pichle na oh saturday itthe sare party si ji, chalo sare gaye ha na, ਸਾਰੇ ਗਏ, ਸਾਰੇ ਇੱਕ ਦੂਜੇ ਨੂੰ ਚੁੱਕੀਆਂ, ਪਾਪਾ ਮਿਲ ਲਏ, ਜਦ ਸਾਰੇ ਆਪਾਂ ਵੀ ਥਾਂ ਤੇ ਬਹਿ ਗਏ, ਮੈਨੂੰ ਕੋਈ ਆ ਕੇ ਕਹਿੰਦੀ ਹਾਂ ਬਈ ਹੋਰ ਸੁਣਾ ਤੇਰਾ ਕੀ ਹਾਲ ਚਾਲ ਹੈ ਨਿਆਣਿਆਂ ਦਾ. ਮੈਂ ਕਿਹਾ ਦੇਖੋ ਭਾਈ ਮੈਨੂੰ ਹੱਥ ਨੀ ਲਾਉਣਾ ਹੈਗਾ, ਡਾਕਟਰ ਕਹਿੰਦੇ ਨੀ ਹੱਥ ਨੀ ਕਿਸੇ ਨੂੰ ਲਾਉਣਾ ਹੈਗਾ. ਸਾਰੇ ਕਹਿੰਦੇ ਜਿਹੜੀ ਜੁੱਤੀ ਪਾ ਕੇ ਮਿਲਣੀ, ਮੈਂ ਕਿਹਾ ਉਹ ਤਾਂ ਹੁਣ ਆ ਕੇ ਇੱਕ ਵਾਰ ਤਾਂ ਉਹਨੂੰ ਮਿਲਣ ਦਾ ਤਾਂ ਉਹਦੇ ਨਾਲ ਹੀ ਆਪਾਂ ਨੂੰ ਕੁਛ ਹੋਣਾ, ਵੀ ਜੋ ਡਾਕਟਰ ਕਹਿੰਦੇ ਨੇ ਵੀ ਹੱਥ ਨੀ ਕਿਸੇ ਨੂੰ ਲਾਉਣਾ. ਨਹੀਂ ਨਹੀਂ ਹੁਣ ਜੱਫੀ ਵੀ ਨਹੀਂ ਪਾਣੀ, ਜੱਫੀ ਵੀ ਨਹੀਂ ਪਾਣੀ, ਸਟੇ ਅਵੇ ਹੁਣ ਤੇ. ਖੈਰ ਹਾਂ ਬਿਲਕੁਲ ਠੀਕ ਹੈ, ਰਾਈਟ ਰਾਈਟ. ਪਰ ਮੈਂ ਕਿਹਾ ਹੱਥ ਨਹੀਂ ਇੱਕ ਦੂਜੇ ਨੂੰ ਲਾਉਣਾ, ਮੂੰਹ ਨਾਲ ਗੱਲ ਕਰਨੀ ਹੈ ਉਹ ਵੀ ਮੂਰੇ ਰਮਾਨ ਦਾ. ਹਾਂ ਠੀਕ ਹੈ, ਨਹੀਂ ਨਹੀਂ ਬਿਲਕੁਲ, ਹੁਣ ਤੇ ਬਿਲਕੁਲ ਹੀ ਸਾਰੇ ਪਾਸੇ ਹੋ ਗਿਆ ਕਿ ਥੋੜੇ ਤੋਂ ਥੋੜੇ ਬੰਦੇ ਮਿਲੋ, ਆਪਸ ਮਿਲੋ ਹੀ ਨਾ, ਯੂ نو ਇੱਕ ਦੂਜੇ ਦੇ ਘਰ ਜਾਣਾ. ਹਾਂ ਅਰਵਿੰਦ ਹੋ ਤਾਂ ਮੈਂ ਕਿਤੇ ਨਹੀਂ ਜਾਂਦੀ ਹੈਗੀ, ਗੁਰਦੁਆਰ ਸਾਹਿਬ ਜਾਈ ਦਾ ਪਿਛਲੇ ਹਫ਼ਤੇ ਉਹ ਵੀ ਨਹੀਂ ਗਏ, ਮੈਂ ਕਿਹਾ ਚੱਲ ਕੋਈ ਨਾ ਦੁਨੀਆਂ ਲਾ ਰਹੀ ਆ, ਨਾਲੇ ਇੱਕ ਬਹੁਤਾ ਹਾਏ ਹਾਏ ਨਾ ਕਰੋ, ਇੱਕ ਬਹੁਤੀ ਮੈਂ ਤਾਂ ਕਹਿੰਦੀ ਹੁੰਦੀ ਘਰ 'ਚ ਗੱਲ ਵੀ ਨਾ ਕਰੋ, ਆਪਣੇ ਜੋ ਡਾਕਟਰ ਕਹਿੰਦੇ ਨੇ ਉਹਨਾਂ ਨੂੰ ਫਾਲੋ ਕਰੋ, ਫਾਲੋ ਕਰੋ ਜੀ, ਬਿਲਕੁਲ ਬਿਲਕੁਲ. ਹਾਂ ਹਾਏ ਹਾਏ ਕਰਨ ਦੀ ਲੋੜ ਨਹੀਂ ਦੁਨੀਆਂ ਦੇ ਨਾਲ. ਸੋ ਘਰ ਕਿਵੇਂ ਟਾਈਮ ਬਿਤਾ ਰਹੇ ਹੋ? ਜਿਵੇਂ ਵਾਕਈ ਕਈ ਘਰਾਂ ਦੇ 'ਚ ਕਹਿ ਰਹੇ ਹਾਂ ਕਿ ਜਿਨ੍ਹਾਂ ਦੀ ਥੋੜ੍ਹੀ ਬਣਦੀ ਨਹੀਂ ਨਾ ਉਹ ਜ਼ਿਆਦਾ ਲੜ ਰਹੇ ਹਾਂ, ਮੈਂ ਕਿਹਾ ਇਹ ਕੋਈ ਟਾਈਮ ਲੜਨ ਦਾ ਨਹੀਂ ਹੈ, ਜੇ ਤਾਂ ਵਾਕਈ ਡਰ ਲੱਗਿਆ ਹੋਇਆ ਨਾ ਤੇ ਤਾਂ ਟਾਈਮ ਲੱਗੇ ਕਿ ਹਾਏ ਪਤਾ ਨਹੀਂ ਕੀ, ਬੈਸਟ ਬੀ ਕਾਈਂਡ ਟੂ ਈਚ ਅਦਰ. ਪਰ ਤੁਹਾਡਾ ਕੀ ਚੱਲ ਰਿਹਾ ਲਾਈਕ ਘਰ ਦੇ ਵਿੱਚ? ਬਹੁਤ ਜ਼ਿਆਦਾ ਜਿਹੜਾ ਕੋਈ ਵੀ ਲੜਦਾ ਉਹਦੇ ਵਿੱਚ ਤਾਂ ਮੇਰੀ ਸਹਿਮਤੀ ਨਹੀਂ ਹੁੰਦੀ, ਮੈਂ ਕਹਿੰਦੀ ਦੋ ਗੱਡੀ ਦੇ ਰੁਪਈਏ ਬਰਾਬਰ 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 ਚੱਲੇ, ਥੋੜੀ ਤਾਂ ਠੀਕ ਚੱਲਦੀ ਹੈ, ਜਦ ਉਧਰ ਡਗਮਗਾਉਣ ਲੱਗ ਜਾਣ ਡਿਗਣਾ ਹੀ ਹੈ ਕਿਸੇ ਟਾਈਮ. ਹਾਂ ਸਿੱਧੀ ਗੱਲ ਹੈ, ਸਹੀ ਹੈ ਸਹੀ ਹੈ. ਆਪਣੇ ਘਰਾਂ ਵਿੱਚ ਵਹਿਗੁਰੂ ਵਹਿਗੁਰੂ ਕਰੋ, ਬਾਕੀ ਦੁਨੀਆਂ ਨਾਲ ਹੈ, ਡਾਕਟਰ ਕਹਿੰਦੇ ਫਾਲੋ ਕਰੋ, ਅਰਵਿੰਦ ਇੱਕ ਦਿਨ ਨਾ ਕਿਸੇ ਗੱਲ ਤੇ ਹਾਸਾ ਪੈ ਗਿਆ, ਠੀਕ ਹੈ, ਹੁਣ ਹਾਸਾ ਪਿਆ ਸਾਰੇ ਤੋਂ ਵਧੀਆ ਨਾੜਾ ਨਾੜਾ ਚੜ ਗਈਆਂ ਬਈ ਉਹ ਮੈਂ ਕਹਿੰਦੀ ਸੀ ਜਦ ਇੰਡੀਆ ਸੀਗਾ ਮੈਨੂੰ ਅਜੇ ਇਹਨੂੰ 12-13 ਸਾਲ ਦੇ ਹੋਏ ਸੀ ਆਈ ਨੂੰ, ਵੀ ਜਦ ਇੰਡੀਆ ਸੀ ਕਿੰਨਾ ਕਿੰਨਾ ਹੱਸ ਲੈਣਾ ਘੋੜਾ ਨਾਲ ਨੀ ਸੀ ਚੜ੍ਹਦੀ, ਉਹ ਗਲੀ ਚ ਇਹੀ ਗੱਲ ਕਹੀ ਗਈ, ਇੰਨਾ ਹਾਸਾ ਪਿਆ ਸਾਰੇ ਜਿੱਥੇ ਹਾਸੇ ਉੱਥੇ ਹੀ ਰਹਿ ਗਏ, ਮੈਂ ਕਿਹਾ ਲੈ ਲਓ ਇਹਨੂੰ ਕਹਿੰਦੇ ਨੇ ਅਮਰੀਕਾ. ਪਰ ਇਹਦਾ ਮਤਲਬ ਸਾਨੂੰ ਓ ਥੈਂਕ ਯੂ ਸੋ ਮਚ ਮਿਸ ਗ੍ਰੇਵਾਲ ਬਈ, ਦਿਸ ਇਜ਼ ਆਈ ਮੀਨ ਇਹ ਕਿ ਸਾਡੀ ਜਿਹੜੀ ਆਦਤ ਹੀ ਨਹੀਂ ਰਹੀ ਹੱਸਣ ਦੀ, ਨਾਲਾਂ ਪੈ ਗਈਆਂ ਕਹਿੰਦੇ ਨੇ ਇੰਨੀ ਜ਼ੋਰ ਦੀ ਹੱਸਣ ਦਾ, ਮਤਲਬ ਅਸੀਂ ਕਿੰਨਾ ਘੱਟ ਹੱਸਦੇ ਹਾਂ, ਨੋਟ ਫੇਅਰ. ਸੋ ਜ਼ਰੂਰ ਖੂਬ ਖੁੱਲ੍ਹ ਕੇ ਹੱਸੋ, ਬਹੁਤ ਗੱਲ ਹੈ, ਜੋਕ ਨਹੀਂ ਯਾਦ ਆ ਰਹੀ, ਮੈਂ ਤਾਂ ਕਹਿੰਦੀ ਹੁੰਦੀ ਹਾਂ ਕਿ ਇਕੱਠੇ ਹੋ ਕੇ ਨਾ ਇੱਕ ਉਹ ਕਹਿੰਦੇ ਨਾ ਹਾਸੇ ਦਾ ਇੱਕ ਆਸਨ ਹੁੰਦਾ ਲਾਈਕ ਇੱਕ ਯੋਗਾ ਟਾਈਪ ਹੁੰਦੀ ਹੈ ਕਿ ਖੜੇ ਹੋ ਕੇ ਬਸ ਸਿਰਫ ਹੱਸੋ. ਬਹੁਤ ਅੱਛੇ ਤੁਹਾਡੇ ਜਿਹੜੇ ਯੂ ਨੋ ਸਾਰਾ ਸਿਸਟਮ ਹੈ ਨਾ ਐਂਡੋਕ੍ਰਾਈਨ ਸਿਸਟਮ ਤੁਹਾਡੀ ਫੇਵਰ 'ਚ ਜਾਏਗਾ, ਤੁਹਾਡਾ ਇਮਿਊਨਿਟੀ ਵੈਸੇ ਹੀ ਵਧਾ ਦੇਗਾ, ਸੋ ਖੂਬ ਹੱਸੋ. ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਕਾਲ ਜ਼ਰੂਰ ਕਰੋ. ਸਾਰਿਆਂ ਦਾ ਫਿਰ ਸਵਾਗਤ ਹੈ. ਘਰ ਵਿੱਚ ਰਹਿ ਕੇ ਕੀ ਕਰੀਏ ਤਾਂ ਕਿ ਇੱਕ ਦੂਜੇ ਨੂੰ ਅਨੋਏ ਨਾ ਕਰੀਏ, ਇਰੀਟੇਟ ਨਾ ਹੋਈਏ, ਕੋਸ਼ਿਸ਼ ਕਰੀਏ. ਯੂ ਨੋ ਆਈ ਨੋ ਕਿ ਸਾਰਾ ਟਾਈਮ ਇਕੱਠੇ ਰਹਿਣਾ ਉਹ ਵੀ ਇੱਕ ਚੈਲੰਜ ਹੈ, ਤੁਸੀਂ ਹੋ ਜਾਂਦਾ ਕਿ ਤੁਸੀਂ ਖਿੱਚ ਜਾਂਦੇ ਹੋ ਕਿਉਂਕਿ ਆਪਣੇ ਆਪ ਵੀ ਖਿੱਚੇ ਹੋਏ ਹੋ, ਜ਼ਿਆਦਾ ਕੁਛ ਕਰਨ ਨੂੰ ਨਹੀਂ ਹੈ, ਅਤੇ ਬਹੁਤ ਅੱਛਾ ਟਾਈਮ ਹੈ ਕਿ ਕੋਸ਼ਿਸ਼ ਇੱਕ ਐਫਰਟ ਤਾਂ ਕਰਨੀ ਪਏਗੀ. ਯੂ ਨੋ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਜਦ ਤੱਕ ਸਭ ਠੀਕ ਹੈ ਪਰੇ ਪਰੇ ਰਹੋ, ਬਟ ਸਟਿਲ ਕੁਛ ਇਕੱਠੇ ਹੋ ਕੇ ਯੂ ਨੋ ਕੋਈ ਐਸਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਦੇਖਣਾ ਹੈ. ਬਟ ਇੱਕ ਮੇਰੇ ਫਰੈਂਡ
ਕੁਲਬੀਰ ਸਿੰਘ ਹੈ ਸੈਨ ਡੀਏਗੋ ਤੋਂ, ਉਹਨਾਂ ਨੇ ਸ਼ੇਅਰ ਕੀਤਾ ਬਹੁਤ ਸੋਹਣਾ ਕਿ ਇੱਕ ਸਾਈਟ ਹੈਗੀ ਹੈ ਜਿਹੜੀ ਕਿ ਮੈਂ ਸੁਖਾ ਜੀ ਪਲੀਜ਼ ਦਿਖਾ ਵੀ ਦਿਓ ਕਿ 12 ਮਿਊਜ਼ੀਅਮਸ ਐਸੇ ਹੈ ਜਿਹੜੇ ਵਰਚੁਅਲ ਟੂਰਸ ਦੇ ਰਹੇ ਹੈ, ਘਰ ਬੈਠੇ ਬੈਠੇ ਤੁਸੀਂ ਉਹਨਾਂ ਨੂੰ ਟੂਰ ਕਰ ਸਕਦੇ ਹੋ ਮਿਊਜ਼ੀਅਮਸ ਦਾ। ਸੋ ਅਗਰ ਉਹ ਸਾਈਟ ਦਿਖਾ ਦਿੰਦੇ ਹੈ ਐਂਡ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ, ਬਿਕੋਜ਼ ਉਹ ਇਟਸ ਅ ਬਿਊਟੀਫੁਲ ਵਨ ਕਿ travellandsleisure.com 'ਤੇ ਜਾ ਕੇ ਤੁਸੀਂ ਇਹ ਬੜੇ ਫੇਮਸ ਯੂ ਨੋ ਉਹ ਹੈਗੇ ਆ ਮਿਊਜ਼ੀਅਮਸ ਜਿਹਦਾ ਤੁਸੀਂ ਉਹ ਕਰ ਸਕਦੇ ਹੋ, ਫੇਮਸ ਮਿਊਜ਼ੀਅਮਸ ਜਿਹੜੇ ਕਿ ਟੂਰਸ ਵਰਚੁਅਲ ਟੂਰਸ ਘਰ ਬੈਠੇ ਤੁਸੀਂ ਨਵੇਂ ਫੀਲ ਹੋਏਗਾ ਜਿਵੇਂ ਤੁਸੀਂ ਮਿਊਜ਼ੀਅਮ ਹੋ ਗਏ। ਸੋ ਇਹ ਵਾਲੇ ਮਿਊਜ਼ੀਅਮਸ ਨੂੰ ਤੁਸੀਂ ਚੈੱਕਆਊਟ ਕਰ ਸਕਦੇ ਹੋ ਕਿ ਯੂ ਨੋ ਕਿਹੜੇ ਤੁਸੀਂ ਪਸੰਦ ਕਰਦੇ ਹੋ, ਵਾਰੀ ਵਾਰੀ ਸਾਰੇ ਦੇਖ ਸਕਦੇ ਹੋ। ਯੂ ਨੋ ਕਈ ਵਾਰੀ ਅਸੀਂ ਜਾਂਦੇ ਨਹੀਂ, ਜਾਣ ਦਾ ਟਾਈਮ ਨਹੀਂ, ਘਰ ਬੈਠੇ ਹੋਏ ਹਾਂ। ਸੋ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਰਹੇ ਸੀ, ਇਹ ਵੀ ਇੱਕ ਚੀਜ਼ ਹੈ, ਕੋਈ ਐਪੀਸੋਡਸ, ਕੋਈ ਮੂਵੀਜ਼ ਜਿਹੜੀਆਂ ਨੈੱਟਫਲਿਕਸ 'ਤੇ ਐਮਾਜ਼ੋਨ 'ਤੇ ਉਹ ਤੁਸੀਂ ਦੇਖ ਸਕਦੇ ਹੋ। ਬੋਰਡ ਗੇਮਸ ਬਹੁਤ ਹੀ ਇੰਟਰਸਟਿੰਗ ਵੇ ਹੈ ਫੈਮਿਲੀ ਦਾ ਬੌਂਡ ਬਣਾਉਣ ਨੂੰ। ਮੇਕ ਸ਼ੋਰ ਤੁਸੀਂ ਸਾਰੇ ਦੂਰ ਦੂਰ ਹੋ, ਬਟ ਕੋਈ ਵੀ ਇੱਕ ਨੂੰ ਕੋਈ ਸਿਮਟਮਸ ਹੋ ਰਹੇ ਹਨ ਤਾਂ ਉਹਨਾਂ ਨੂੰ ਪਲੀਜ਼ ਬਿਲਕੁਲ ਵਰਕ ਅਲੱਗ ਰੱਖ ਦਿਉ, ਆਪਣੇ ਆਪ ਕਾਮ ਐਂਡ ਕੁਆਇਟ ਜੋ ਵੀ ਇੰਸਟਰਕਸ਼ਨਸ ਤੁਹਾਡੇ ਏਰੀਆ ਲੋਕਲ ਏਰੀਆ ਦੀਆਂ ਉਹਨੂੰ ਕਾਮਲੀ ਫੋਲੋ ਕਰੋ ਐਂਡ ਯੂ ਨੋ ਹੈਲਦੀ ਉਹ ਰੱਖੋ, ਹੱਥ ਧੋਵੋ ਅਤੇ ਡਿਸਟੈਂਸ ਰੱਖੋ। ਤਿੰਨ ਚੀਜ਼ਾਂ ਮੇਰੇ ਖਿਆਲ ਇਨਫ ਹੈ। ਅਸੀਂ ਇੰਨਾ ਕੁਛ ਸੁਣ ਰਹੇ ਹਾਂ ਕਿ ਅਸੀਂ ਘਬਰਾਏ ਹੋਏ ਹਾਂ ਕਿ ਅਸੀਂ ਕੀ ਕਰੀਏ ਕੀ ਕਰੀਏ। ਹੁਣ ਕੁਛ ਨਹੀਂ ਕਰਨਾ, ਇਹਨੇ ਟਾਈਮ ਨੇ ਆਪੇ ਹੋ ਕੇ ਜਾਣਾ। ਜਿਹੜੇ ਪ੍ਰੋਫੈਸ਼ਨਲਸ ਲੱਗੇ ਹੋਏ ਨੇ ਕਰਨ ਨੂੰ ਉਹ ਕਰ ਰਹੇ ਨੇ। ਤੁਹਾਡਾ ਕਿੰਨਾ ਕੰਮ ਹੈ ਇਹ ਸੋਚੋ ਕਿ ਮੇਰੇ ਵਾਸਤੇ ਕਿੰਨਾ, ਬਸ ਹੱਥ ਧੋਣੇ ਹੈ, ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਅਤੇ ਦੂਸਰਾ ਹੈਲਦੀ ਖਾਣਾ ਖਾਣਾ ਐਂਡ ਉਹਦੇ ਇਲਾਵਾ ਆਪਣੇ ਮਨ ਨੂੰ ਖੁਸ਼ ਰੱਖਣਾ। ਸੋ ਮਨ ਨੂੰ ਖੁਸ਼ ਰੱਖਣ ਵਾਸਤੇ ਤੁਸੀਂ ਮੈਨੂੰ ਕੋਈ ਨਾ ਕੋਈ ਜੋਕ ਸੁਣਾ ਰਹੇ ਸੀ ਜਾਂ ਆਪਣੀ ਗੱਲ ਕਹਿ ਰਹੇ ਸੀ ਜਾਂ ਗੁਰਦੀਪ ਜੀ ਵਾਕਣ ਜਿਵੇਂ ਕੋਈ ਕਵਿਤਾ ਸੁਣਾ ਰਹੇ ਸੀ, ਕੁਛ ਵੀ ਸੁਣਾ ਸਕਦੇ ਹੋ। ਲੈਟਸ ਸੀ ਹੋਰ ਕੀ ਕਹਿ ਰਿਹਾ, ਮੈਂ ਇਹਨਾਂ ਨੂੰ ਪੁੱਛਦੀ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੀ। ਹਾਂਜੀ, ਕਹਿੰਦੇ ਆ ਇੱਕ ਸ਼ੇਅਰ ਹੈ, ਚਾਏ ਸਿਰਫ ਚਾਏ ਨਹੀਂ ਹੋਤੀ, ਸਲੀਕਾ ਹੋਤਾ ਹੈ, ਤਹਿਨਾਈਓ ਮੈਂ ਖੁਦ ਕੋ ਗੁਫ਼ਤਗੂ ਕਰਨੇ ਕਾ। ਆਈ ਮੀਨ ਤੇਰਾ ਪ੍ਰੋਗਰਾਮ ਆ ਜਾਓ, ਇਹ ਚਾਹ ਲਾ ਕੇ ਬੈਠੋ ਤੇ ਆਪਣੇ ਆਪ ਨੂੰ ਐਂਟਰਟੇਨ ਕਰੋ, ਲਾਈਟ ਫੀਲ ਕਰੋ। ਬਿਲਕੁਲ ਬਿਲਕੁਲ। ਬਾਕੀ ਮੈਂ ਸੋਚਿਆ ਸੀ ਕੁਛ ਜੋਕ ਸੁਣਾਵਾਂ ਪਰ ਕੋਈ ਦਿਮਾਗ ਵਿੱਚ ਨਹੀਂ ਆਇਆ, ਪਰ ਮੈਨੂੰ ਮੇਰੇ ਬੇਟੇ ਨੇ ਇੱਕ ਬੜਾ ਸੋਹਣਾ ਭੇਜਿਆ ਸੀ ਵੀਡੀਓ ਛੋਟਾ ਜਿਹਾ, ਹਾਂਜੀ, ਕੋਰੋਨਾ ਨੇ ਕੀ ਪੰਗੇ ਪਾ ਦਿੱਤੇ, ਘਰ ਵਿੱਚ ਸਾਰੇ ਬੰਦੇ ਬਿਠਾ ਦਿੱਤੇ। ਸਹੀ ਹੈ। ਤੇ ਉਸੀ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਝੋਨਾ, ਪਰੇ ਹੋ ਕੇ ਖੰਗ ਸੱਜਣਾ ਕਰਨਾ ਦਈ ਮੈਨੂੰ ਕੋਰੋਨਾ। ਆਈ ਨੋ ਕੋਰੋਨਾ ਦੇ ਉੱਤੇ ਹੀ ਕਿੰਨੇ ਸਾਰੇ ਬਣੇ ਹੋਏ ਆ ਜਿਹੜੇ ਆਈ ਜਾ ਰਹੇ ਆ ਐਂਡ। ਹਾਂਜੀ 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 ਬੋਲੋ। ਬੜੀ ਤਨਹਾ ਸੀ, ਬੇਪਰਵਾਹ ਗੁਜ਼ਰ ਰਹੀ ਥੀ ਜ਼ਿੰਦਗੀ ਗਾਲਿਬ, ਅਬ ਯੇ ਆਲਮ ਹੈ ਕਿ ਇੱਕ ਛੀਕ ਵੀ ਆਏ ਤੋ ਦੁਨੀਆ ਗੌਰ ਸੇ ਦੇਖਤੀ ਹੈ। ਸਹੀ ਬਾਤ ਹੈ, ਸਹੀ ਬਾਤ ਹੈ, ਬਿਲਕੁਲ। ਉਹ ਕਹਿੰਦੇ ਨਾ, ਉਹ ਕਹਿੰਦੇ ਕਿ ਉਹ ਟਾਈਮ ਮਿਸ ਕਰਦੇ ਆ ਜਦੋਂ ਛਿੱਕਦੇ ਸੀ ਤੇ ਬਲੈਸ ਯੂ ਕਹਿੰਦਾ ਸੀ ਕੋਈ, ਹੁਣ ਤੇ ਇੰਜ ਦੇਖਦੇ ਕਿ ਉਹ ਪਲੀਜ਼ ਕੌਣ ਹੋ ਤੁਸੀਂ, ਦੂਰ ਹੋ ਜਾਓ। ਹਾਂਜੀ, ਹੁਣ ਕਹਿੰਦੇ ਪਰੇ ਅੱਟ, ਪਰੇ ਅੱਟ ਕੇ ਖੰਗ, ਪਰੇ ਅੱਟ ਕੇ ਖੰਗ। ਸਹੀ, ਰਾਈਟ ਰਾਈਟ। ਪਰ ਉਹ ਦੇਖੋ ਕੋਈ ਨਾ ਕੋਈ ਬਹਾਨਾ ਜ਼ਰੂਰ ਲੱਭਣਾ ਪੈਣਾ ਹੈ ਹੱਸਣ ਵਾਸਤੇ, ਮੈਨੂੰ ਇਹ ਲੱਗਦਾ, ਕਿਉਂਕਿ ਸਾਰੇ ਦੇ ਸਾਰੇ ਇੰਨੇ ਮਾਰੇ ਨਾ। ਕਹਿੰਦੇ ਚਾਂਦ ਲਾ ਕਰ ਕੋਈ ਨਹੀਂ ਦੇਤਾ, ਆਪਣੇ ਚਿਹਰੇ ਕੋ ਖੁਦ ਜਗਮਗਾਨਾ ਹੁੰਦਾ ਹੈ, ਤੇ ਅਸੀਂ ਆਪਣੇ ਆਪ ਨੂੰ ਖੁਦ ਇਨਵੋਲਵ ਕਰਨਾ ਹੈ, ਖੁਦ ਬਿਜ਼ੀ ਰੱਖਣਾ ਹੈ। ਜੀ ਬਿਲਕੁਲ, ਕਿਸੇ ਨੇ ਸਾਡੀ ਹੈਲਪ ਨਹੀਂ ਕਰਨੀ, ਵੀ ਹੈਵ ਟੂ ਹੈਲਪ ਆਵਰ ਸੈਲਫ। ਬਿਲਕੁਲ ਨਹੀਂ, ਬਟ ਤੁਸੀਂ ਕੱਲ ਵੀ ਯਾਦ ਆ ਗਿਆ ਮੈਨੂੰ, ਦੱਸੋ ਦੱਸੋ। ਹਾਂਜੀ, ਉਹ ਕਹਿੰਦੇ ਸੀ ਨਾ, ਬਾਹਰ ਸੇ ਕੋਈ ਅੰਦਰ ਨਾ ਆ ਸਕੇ, ਅੰਦਰ ਸੇ ਕੋਈ ਬਾਹਰ ਨਾ ਜਾ ਸਕੇ, ਸੋਚੋ ਕਭੀ ਐਸਾ ਹੋ ਤੋ ਕਿਆ ਹੋ, ਬਾਬੀ ਦਾ ਗਾਣਾ ਸੀ, ਤੁਮ ਇੱਕ ਕਮਰੇ ਮੇਂ ਬੰਦ ਹੋ। ਸਾਡਾ ਤੇ ਉਹ ਹੁਣ ਹਾਲ ਹੋਇਆ, ਬਾਹਰੋਂ ਕਿ ਨਿਆਣਾ ਨਹੀਂ, ਅਸੀਂ ਬਾਹਰ ਜਾਣਾ ਨਹੀਂ। ਸਹੀ ਹੈ, ਬਟ ਨਹੀਂ, ਤੁਸੀਂ ਕੱਲ ਵੀ ਬਹੁਤ ਸੋਹਣੀ ਗੱਲ ਕੀਤੀ ਕਿ ਵਟਸਐਪ ਦੇ ਥਰੂ ਅਸੀਂ ਬੜੀ ਸੋਹਣੀ ਉਹ ਚੀਜ਼ ਕਰ ਸਕਦੇ ਹਾਂ ਕਿ ਆਪਸ ਦੇ ਫਰੈਂਡਸ ਦੇ ਵਿੱਚ। ਮੈਂ ਅੱਜ ਵੀ, ਅਸੀਂ ਨੇ 2 ਵਜੇ ਦਾ ਟਾਈਮ ਦਿੱਤਾ ਹੋਇਆ ਹੈ, ਅਸੀਂ 2 ਵਜੇ ਐਜ਼ ਏ ਗਰੁੱਪ ਅਸੀਂ ਪ੍ਰੈਕਟਿਸ ਕਰਾਂਗੇ ਆਪਣੇ ਸ਼ਬਦ ਦੀ। ਬਹੁਤ ਅੱਛਾ। ਅਸੀਂ ਸਾਰੇ ਜਿਹੜਾ ਗਰੁੱਪ ਹੈਗਾ ਉਹ ਵੀਡੀਓ ਚੈਟ ਆਨ ਕਰ ਲੈਂਦੇ ਹਾਂ,
अपने अपने वाजे लाके बैठ जावांगे ਤੇ ਅਸੀਂ ਪ੍ਰੈਕਟਿਸ ਕਰਾਂਗੇ ਇਕੱਠੇ ਮਿਲ ਕੇ ਸੋ ਸਾਰੇ ਬੋਲਾਂਗੇ ਸਾਡੀ ਉਹਦੀ ਪ੍ਰੈਕਟਿਸ ਹੋ ਜਾਂਦੀ ਹੈ ਔਰ ਸਾਡਾ ਟਾਈਮ ਨਿਕਲ ਜਾਂਦਾ ਬੜਾ ਸੋਹਣਾ ਬਹੁਤ ਵਧੀਆ It's really working very good. Chalo, that's so good and I'm going to ask my friends, jehda chota jiha sada circle hai, ki oh koi paath ya kuch na, koi at least isi bahane ek dooje di chehra dikhega and you know we can do it. So marvelous. So what's the update through tusi vadda group vi sare ikko time te kar sakde ho? What do you do? Haan ji kar sakde hain ji. Haan ji assi waise teen char hi karde hain par kar sakde hain ikatthe haan ji. Bahut vadhiya. This is haan ji. Bahut vadhiya. Akke sare bacche vi chote bacche na oh vi kirtan di practice inji kar rahe hain. Achha. Assi apna group on kar lende hain te apne harmonium ik bolda hai fir dooja oh sunda hai dooja bolda hai fir oh sunda hai haan ji. Very nice. So we are doing that. Yeah, lovely. Thank you so much for sharing this Harminder ji aur you know, मेरी बेटी भी उन्हें अपने ग्रुप दे विच कल पाया ते हुण ओह सारे इंट्रस्टिड हो रहे हैं उन्हें कोरेजियस लव एक खोली हुई है ते सारियां कुड़ियां नू कुड़ियां मुंडे जिहड़े भी कोई आना चाहन कि सोहला इकट्ठे पढ़दे आ व्हाट्सएप ग्रुप दे उत्ते रात नू सो स्वीट या एक छोटी जी ब्रेक क्विक ब्रेक एंड विल बी बैक सारा का फिर स्वागत है गल बड़े नाल होना चाहती है चाहते हाँ कि सारे नाल गल होए सो प्लीज़ कॉल करो अपने दल दिल की गल शेयर करो जो भी मन चाहे अज वो टाइम है जड़ा कि मतलब मन की गल करिए बस हैलो हाँ जी सत श्री अकाल जी कौन बोल रहे हो मैं सुरजीत बोल रही हूँ जी मैं आई थिंक पहली बार तुम्हारे गल कर रही हूँ स्वागत है दसो किस तरह हो ठीक हो ਗ੍ਰੈਂਡਸਨ ਬਰਕਲੀ ਪੜਦਾ ਸੀ ਰਾਤੀ ਉਹ ਆਇਆ ਹੈਗਾ ਘਰ ਹੈ ਨਾ ਮੈਂ ਫੋਨ ਕੀਤਾ ਮੈਂ ਕਿਹਾ ਬੇਟਾ ਕੋਈ ਗੱਲ ਨੀ ਕਿਉਂਕਿ ਅੰਡਰਸਟੈਂਡ ਵਾਲੀ ਗੱਲ ਹੈਗੀ ਹੈ ਨਾ ਸੋ ਇਸ ਔਖੇ ਸੋ ਦੂਰ ਨੀ ਹੈਗੇ ਕੱਲ ਥੋੜਾ ਜਰੂਰੀ ਕੰਮ ਸੀ ਚਲੇ ਗਏ ਤੇ ਬੇਟੀ ਨਾਰਾਜ਼ ਹੋ ਗਈ ਉਹਨੇ ਫੋਨ ਕੀਤਾ ਤੇ ਸੈਨੇਟੋਨੀਓ ਤੇ ਮੰਮੀ ਵਾਟ ਯੂ ਡੂਇੰਗ ਕਿੱਥੇ ਜਾ ਰਹੇ ਹੋ ਘਰ ਸਟੇ ਯੂ ਸ਼ੁਡ ਬੀ ਸਟੇ ਹੋਮ ਥੋੜਾ ਖੁੱਲੀ ਹਵਾ ਜਿੱਥੇ ਦਾ ਜ਼ਿਆਦਾ ਹੀ ਹੈਗਾ ਹੈ ਨਾ ਬਿਲਕੁਲ ਬਿਲਕੁਲ ਕਰੋ ਯੂ ਨੋ ਭਾਵੇਂ ਕੋਈ ਐਸਾ ਸ਼ੋਅ ਜਿਹੜਾ ਇਕੱਠੇ ਦੇਖਦੇ ਹੋ ਜਾਂ ਪੁਰਾਣੀਆਂ ਗੱਲਾਂ ਉਹ ਜਿਹੜੀਆਂ ਗੁੱਡ ਟਾਈਮਸ ਹੈ ਉਹਨਾਂ ਨੂੰ ਯਾਦ ਕਰੋ ਸੋ ਲੈਟਸ ਸੀ ਇਹ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੈਂ ਜਸਵੀਰ ਬੋਲ ਰਹੀ ਹਾਂ ਅਰਵਿੰਦ ਹਾਂਜੀ ਜਸਵੀਰ ਜੀ ਸਵਾਗਤ ਹੈ ਥੈਂਕ ਯੂ ਕਾਲ ਕਰਨ ਦਾ ਦੱਸੋ ਕੀ ਹੋ ਗਿਆ ਅੱਜ ਕਿਸ ਤਰ੍ਹਾਂ ਡੀਲ ਕਰ ਰਹੇ ਹੋ ਐਂਡ ਕੋਈ ਜੋਕ ਸੁਣਾ ਰਹੇ ਹੋ ਤਾਂ ਜੋਕ ਸੁਣਾ ਦਿਓ ਜਦੋਂ ਲੇਖ ਲੇਖੇ ਆਉਂਦਾ ਵੀ ਸਾਰੀ ਉਮਰ ਕੇਕ ਚੰਡ ਆਈ ਪੁੱਛਦੇ ਉਹ ਤਾਂ ਮੈਨੂੰ ਵਾਰ ਵਾਰ ਸਾਰੇ ਜਿੱਦਾਂ ਫੈਮਿਲੀ ਮੈਂਬਰ ਭੇਜੀ ਜਾਂਦੇ ਆ ਵੀ ਆ ਮੰਮੀ ਤੇ ਆ ਗਈ ਸਾਰੀ ਗੱਲ ਜੋਕ ਇਹ ਤੇ ਅੱਛਾ ਤੁਹਾਡਾ ਮੂੰਹ ਅੱਜ ਹੱਸਦਾ ਦੇਖ ਕੇ ਅਸੀਂ ਵੀ ਖੁਸ਼ ਹੋਈ ਜਾਂਦੇ ਹਾਂ ਬੈਠੇ
ਚਲੋ ਵੈਸੇ ਤਾਂ ਜਿੱਦਾਂ ਮੇਰੇ ਮਨ ਵਿੱਚ ਕੋਈ ਡਰ ਨਹੀਂ ਆਇਆ ਵੀ ਇਹ ਤਾਂ ਹੈ ਥੋੜਾ ਜਿਹਾ ਵੀ ਕੀ ਹੋ ਰਿਹਾ ਹੈ ਸਾਡੇ ਦੁਨੀਆ ਤੇ ਉਹਦੇ ਵਾਸਤੇ ਚਲੋ ਜਿੰਨੇ ਯੋਗ ਹੈਗੇ ਅਰਦਾਸ ਕਰਦੇ ਸਵੇਰੇ ਸ਼ਾਮ ਤੇ ਇਹੀ ਕਰ ਸਕਦੇ ਹਾਂ ਆਪਾਂ ਹੋਰ ਤਾਂ ਕੁਛ ਨਹੀਂ ਕਰ ਸਕਦੇ ਤੇ ਓਦਾਂ ਇੱਦਾਂ ਮਨ ਨੂੰ ਨਹੀਂ ਆਇਆ ਵੀ ਹੈ ਸਾਨੂੰ ਕੁਛ ਹੋ ਨਾ ਜਾਵੇ ਇਹ ਕੋਈ ਨੀ ਅਜੇ ਤੱਕ ਆਇਆ ਸ਼ੁਕਰ ਮਹਾਰਾਜ ਵੱਲੋਂ ਵੀ ਜਿੱਦਾਂ ਉਹ ਤੇ ਤੁਹਾਡੀ ਗੱਲ ਵੀ ਠੀਕ ਹੈ ਹੋਰ ਵੀ ਕੋਈ ਕਹਿ ਰਿਹਾ ਸੀ ਨਾ ਵੀ ਜਿਹਨੇ ਜਾਣਾ ਹੈ ਉਹ ਜਾਣਾ ਹੈ ਬਟ ਇਹ ਡਰ ਨਾਲ ਨਾ ਅਸੀਂ ਜਿੰਦੇ ਜੀ ਜਾ ਰਹੇ ਹਾਂ ਇੰਨਾ ਡਰ ਇੱਕ ਦੂਜੇ ਨੂੰ ਯਾ ਕੁਛ ਨਹੀਂ ਹੋਣਾ ਕੁਦਰਤ ਵੱਲੋਂ ਮਹਾਰਾਜ ਵੱਲੋਂ ਹੀ ਆ ਮੈਨੂੰ ਮਨ ਚ ਇੱਕ ਵਾਰੀ ਵੀ ਨਹੀਂ ਖੌਫ ਆਇਆ ਹਾਂ ਖੌਫ ਬਹੁਤ ਵਧੀਆ ਪਰ ਉਹ ਉਹਨਾਂ ਨੂੰ ਚੈੱਕ ਉਹਨਾਂ ਨੂੰ ਸ਼ੂਗਰ ਸ਼ਾਗਰ ਹੈਗੀ ਸਿੱਕਿਆ ਹੋ ਪਰ ਮੈਂ ਉਹਨਾਂ ਨੂੰ ਕਹਿ ਦਿੰਦੀ ਵੀ ਤੁਸੀਂ ਬਾਹਰ ਨਾ ਜਾਓ ਵੈਸੇ ਓਦਾਂ ਅਸੀਂ ਸਵੇਰ ਨੂੰ ਗੁਰੂ ਘਰ ਨੂੰ ਜਾਈਦਾ ਉੱਠ ਕੇ ਮੈਂ ਅਜੇ ਤੇ ਇੱਥੇ ਕੋਈ ਰੋਕ ਨਹੀਂ ਲਾਈ ਆਪ ਕੱਲੇ ਅਰਦਾਸ ਕਰਨ ਜਾਣੀ ਹੈ ਠੀਕ ਹੈ ਪਰ ਦੂਰ ਰਹੋ ਕੋਈ ਸੰਗਤ ਚ ਨਹੀਂ ਬੈਠਣਾ ਨਹੀਂ ਨਹੀਂ ਏਦਾਂ ਨਹੀਂ ਵੈਸੇ ਮੀਂਹ ਪੈਂਦਾ ਤਿੰਨ ਚਾਰ ਦਿਨ ਹੋਏ ਜਾਣੀ ਹੋਏ ਮੈਂ ਤੁਰ ਕੇ ਜਾਣੀ ਹੁੰਦੀ ਹਾਂ ਇੱਕ ਮੀਲ ਤੇ ਨਾਲੇ ਵਾਕ ਹੋ ਜਾਂਦੀ ਨਾਲੇ ਗੁਰੂ ਘਰ ਜਾਏ ਜੀ ਬਹੁਤ ਵਧੀਆ ਤੇ ਪਰ ਉਹਦਾ ਮਨ ਵਿੱਚ ਨਹੀਂ ਆਈ ਤੇ ਇਹਨਾਂ ਨੂੰ ਜ਼ਰੂਰ ਮੈਂ ਕਹਿੰਦੀ ਵੀ ਤੁਸੀਂ ਬਾਹਰ ਨਾ ਨਿਕਲੋ ਤੇ ਉਹਦਾ ਬੈਕਯਾਰਡ ਬਹੁਤ ਖੁੱਲ੍ਹਾ ਧੁੱਪ ਨਿਕਲਦੀ ਸੀ ਉਹ ਚ ਘੁੰਮੀ ਜਾਈਦਾ ਸੀ ਵੈਸੇ ਵੀ ਅਸੀਂ ਬਾਹਰ ਜਾਈਦਾ ਨੀ ਬਿਨਾਂ ਮਤਬਲ ਤੋਂ ਕਿਉਂ ਕੰਮ ਨੀ ਕਰਦੇ ਦੋਨੋਂ ਜੀ ਕੰਮ ਨੀ ਕਰਦੇ ਸੀ ਮੇਰੇ ਵੀ ਮੈਂ ਵੀ ਸਿੱਖ ਰਹੀ ਸੀ ਵੈਸੇ ਵੀ ਉਮਰ ਵੀ ਹੋਈ ਹੁਣ ਹੋ ਗਏ ਆ ਤੇ ਸੱਟ ਲੱਗ ਗਈ ਸੀ ਇਸ ਕਰਕੇ ਬਾਹਰ ਕੰਮ ਵਾਲੇ ਰਹਿ ਨੀ ਤੇ ਵੈਸੇ ਵੀ ਆਦਤ ਨੀ ਗੀ ਵੀ ਐਵੇਂ ਕਦੇ ਉਧਰ ਨੂੰ ਚੱਲ ਜਾਓ ਕਦੇ ਉਧਰ ਨੂੰ ਚੱਲ ਜਾਓ ਚਲੋ ਬਹੁਤ ਵਧੀਆ ਜੇ ਦੁੱਖ ਸੁੱਖ ਆ ਤਾਂ ਜਾਈਦਾ ਦੁੱਖ ਸੁੱਖ ਨੂੰ ਜਰੂਰ ਹਰ ਕਦੇ ਜਾਈਦਾ ਆਮ ਨੀ ਜਿੱਦਾਂ ਤੇ ਗੁਰੂ ਘਰ ਨੂੰ ਸਵੇਰ ਨੂੰ ਮੈਂ ਜਰੂਰ ਵਾਕ ਕਰਕੇ ਜਾਂਦੀ ਸੀ ਨਾਲੇ ਵਾਕ ਹੋ ਜਾਣੀ ਨਾਲੇ ਗੁਰੂ ਘਰ ਜਾਇਆ ਹਾਂ ਤੇ ਪ੍ਰੇ ਕਰ ਸਕਦੇ ਆ ਹੋਰ ਮਨ ਚ ਘਬਰਾਉਣ ਦੀ ਕੋਈ ਲੋੜ ਨੀ ਜੇ ਦੁੱਖ ਆਉਣਾ ਤੇ ਕੁਦਰਤੀ ਵੀ ਆ ਸਕਦਾ ਤੁਹਾਨੂੰ ਬਿਲਕੁਲ ਮੈਨੂੰ ਦੋ ਵਾਰੀ ਹੋ ਹਟੀ ਸੁੱਕੀ ਜੀ ਮੈਨੂੰ ਕਦੇ ਨੀ ਜ਼ਿੰਦਗੀ ਚ ਹੋਈ ਮੈਂ ਗੁਰੂ ਘਰ ਬੈਠੀ ਆ ਸੀ ਮੈਂ ਕਹਿਤਾ ਮੈਂ ਕਿਹਾ ਮੈਨੂੰ ਨੀ ਕਿਸੇ ਤੋਂ ਹੁੰਦਾ ਮੈਨੂੰ ਦੋ ਵਾਰੀ ਇੰਨਾ ਹੋਇਆ ਬੜਾ ਡਰਾਇਆ ਕੋਈ ਬੰਦਾ ਮੈਂ ਕਦੇ ਡਰੀ ਨੀ ਸੀ ਕਿਸੇ ਦੁੱਖ ਤੋਂ ਵੀ ਉਹ ਤਾਂ ਵਾਹਿਗੁਰੂ ਦੇ ਹੱਥ ਵਸ ਆ ਪਰਮਾਤਮਾ ਸੱਚੇ ਪਾਤਸ਼ਾਹ ਸਰ ਤੇ ਮਿਹਰ ਕਰੇ ਹਰਮਿੰਦਰ ਜੀ ਨਾਲ ਜਿਵੇਂ ਹੱਸਿਆ ਵੀ ਸੀਗਾ ਕਿ ਨਿੱਛ ਮਾਰੋ ਤੇ ਬਦਲਦਾ ਓਏ ਕਿਉਂ ਹੋ ਰਹੀ ਹੈ ਖਾਂਸੀ ਅਗਰ ਮੈਂ ਇੱਥੇ ਬੋਲਦੀ ਹਾਂ ਡਰਾਈ ਹੋ ਜਾਂਦਾ ਹੈ ਗਲਾ ਪਹਿਲੇ ਵੀ ਇੱਕ ਬੜੀ ਵਾਰੀ ਡਰਾਈ ਕਫ ਆਉਂਦੀ ਹੈ ਪਰ ਹੁਣ ਜਦੋਂ ਆਉਂਦੀ ਹੈ ਸਾਰੇ ਕਹਿੰਦੇ ਠੀਕ ਹੋ ਨਾ ਸੋ ਦਾ ਥਿੰਗ ਇਜ਼ ਕਿ ਉਹ ਇਸ ਕਰਕੇ ਅਦਰਵਾਈਜ਼ ਘਬਰਾਉਣ ਦੀ ਲੋੜ ਨਹੀਂ ਵਟ ਦੇ ਆਰ ਸੇਇੰਗ ਇਜ਼ ਡਰਾਈ ਕਫ ਵਿਦ ਫੀਵਰ ਵਿਦ ਰੈਸਪੀਰੇਟਰੀ ਇਸ਼ੂਜ਼ ਤਾਂ ਇਹ ਚੀਜ਼ ਹੈਗੀ ਹੈ ਬਾਕੀ ਹੋਰ ਵੀ ਤਾਂ ਹਮੇਸ਼ਾ ਸਾਨੂੰ ਕੁਛ ਨਾ ਕੁਛ ਛੋਟਾ ਮੋਟਾ ਹੁੰਦਾ ਹੀ ਰਹਿੰਦਾ ਨਾ ਪਰ ਅਸੀਂ ਅੱਜ ਕੱਲ੍ਹ ਡਰੇ ਹੋਏ ਕਰਕੇ ਕੁਛ ਵੀ ਉਸ ਤਰ੍ਹਾਂ ਦਾ ਹੁੰਦਾ ਤਾਂ ਕਹਿੰਦਾ ਹੈ ਉਹ ਤਾਂ ਨਹੀਂ ਹੈ ਸੋ ਇਟ ਇਜ਼ ਬੈਟਰ ਟੂ ਬੀ ਕੇਅਰਫੁਲ ਕੌਨਸ਼ੀਅਸ ਔਰ ਯੂ ਨੋ ਸਾਰੇ ਦੇ ਸਾਰੇ ਜਿਹੜੇ ਕਿ ਤੁਸੀਂ ਕਹਿ ਸਕਦੇ ਹੋ ਕਿ ਪ੍ਰੀਕੋਸ਼ਨਸ ਲੋਕ ਕਹਿ ਰਹੇ ਨੇ ਲਵੋ ਆਪਣੇ ਲੋਕਲ ਏਰੀਏ ਨੂੰ ਜ਼ਰੂਰ ਸੁਣੋ ਵਾਂਸ ਅ ਡੇ ਆਈ ਨੋ ਪਹਿਲੇ ਤਾਂ ਮੈਂ ਕਹਾਂਗੀ ਕੁਛ ਦਿਨਾਂ ਬਾਅਦ ਪਰ ਅੱਜ ਕੱਲ੍ਹ ਡੈਫੀਨੇਟਲੀ ਹਰ ਵੇਲੇ ਕੁਛ ਨਵੀਂ ਇੰਸਟਰਕਸ਼ਨਸ ਆ ਰਹੀਆਂ ਤੁਹਾਨੂੰ ਪਹੁੰਚ ਹੀ ਜਾਣਗੀਆਂ ਸੋ ਉਹ ਜ਼ਰੂਰ ਫੋਲੋ ਕਰੋ ਓਵਰਆਲ ਯੂ ਨੋ ਇੱਕ ਟਾਈਮ ਇਕੱਠਾ ਹੋ ਕੇ ਬੀ ਕਾਇੰਡ ਟੂ ਈਚ ਅਦਰ ਮੇਕ ਈਚ ਅਦਰ ਸਮਾਈਲ ਮੇਕ ਈਚ ਅਦਰ ਲਾਫ ਇਰੀਟੇਬਿਲਟੀ ਆ ਰਹੀ ਹੈ ਉਹ ਕਹਿੰਦੇ ਨਾ ਸ਼ੇਕ ਕਰੋ ਆਪਣੇ ਆਪ ਨੂੰ ਹਾਂ ਹੋ ਰਿਹਾ ਇੰਝ ਕਿ ਬਈ ਹਾਂ ਕੀ ਕਰਾਂ ਕਾਲਾਪਨ ਹੋ ਰਿਹਾ ਉਹਨੂੰ ਹਟਾਓ ਪਰ ਜਿਹੜੇ ਖਾਸ ਤੌਰ 'ਤੇ ਕੋਈ ਐਂਸ਼ੀਅਸ ਨੇ ਜਾਂ ਯੂ ਨੋ ਕੋਈ ਪਹਿਲੇ ਹੀ ਇੰਗਜ਼ਾਇਟੀ ਰਹਿੰਦੀ ਹੈ ਜਿਹਨਾਂ ਨੂੰ ਉਹਨਾਂ ਵਾਸਤੇ ਵੀ ਬੜਾ ਟਰਾਇੰਗ ਟਾਈਮ ਹੈ ਇੱਕ ਫਰੈਂਡ ਹੈਗੇ ਨੇ ਡਾਕਟਰ ਵਰਿੰਦਰ ਤੁਹਾਡੇ ਨਾਲ ਮੁਲਾਕਾਤ ਵੀ ਹੋਈ ਹੋਈ ਹੈ ਉਹਨਾਂ ਨੇ ਵੀ ਪਿੱਛੇ ਕੁਛ ਸ਼ੇਅਰ ਕੀਤਾ ਸੀ ਕਿ ਬੜਾ ਜ਼ਰੂਰੀ ਹੈ ਕਿ ਆਪਣੀ ਮੈਂਟਲ ਹੈਲਥ ਦਾ ਅਸੀਂ ਇਸ ਵੇਲੇ ਧਿਆਨ ਰੱਖੀਏ ਕਿਉਂਕਿ ਮੈਂਟਲ ਹੈਲਥ ਨਾਲ ਸਾਡੀ ਫਿਜ਼ੀਕਲ ਹੈਲਥ ਬਹੁਤ ਜ਼ਿਆਦਾ ਕਨੈਕਟਡ ਹੈ ਅਸੀਂ ਉਹ ਚੀਜ਼ ਭੁੱਲ ਜਾਂਦੇ ਹਾਂ ਸੋ ਅਸੀਂ ਮਨ ਦੇ ਵਿੱਚ ਅਸੀਂ ਆਪਣੀ ਐਂਗਜ਼ਾਇਟੀ ਨੂੰ ਪਹਿਲੇ ਡੀਲ ਕਰਾਂਗੇ ਯੂ ਨੋ ਸੋਚ ਕੇ ਜੋ ਵੀ ਤੁਸੀਂ ਅਦਰਵਾਈਜ਼ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਵੇਂ ਆਪਣੀ ਐਂਗਜ਼ਾਇਟੀ ਨਾਲ ਡੀਲ ਕਰਦੇ ਹੋ ਜਦੋਂ ਵੀ ਹੋਏ ਮੇਕ ਇਟ ਰੀਅਲ ਕਿ ਮੈਨੂੰ ਕੁਛ ਕੰਕਰੀਟ ਨਹੀਂ ਚਾਹੀਦਾ ਆਈ ਹੈਵ ਟੂ ਕਾਮ ਮਾਈਸੈਲਫ ਡਾਊਨ ਐਂਡ ਖੁਸ਼ ਰਹਾਂਗੇ ਐਂਗਜ਼ਾਇਟੀ ਨੂੰ ਪਹਿਲੇ ਡੀਲ ਕਰਾਂਗੇ ਫਿਰ ਯੂ ਨੋ ਹੋਰ ਕੋਈ ਚੀਜ਼ ਡੈਫੀਨੇਟਲੀ ਯੂ ਨੋ ਉਹ ਅਸਰ ਨਹੀਂ ਕਰੇਗੀ ਸਾਡੇ 'ਤੇ ਕਿ ਅਸੀਂ ਫਿਜ਼ੀਕਲੀ ਵੀ ਆਪਣੇ ਆਪ ਨੂੰ ਸਟਰੋਂਗ ਰੱਖ ਸਕਾਂਗੇ ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ ਆਪਣੇ ਵਾਸਤੇ ਟਾਈਮ ਕੱਢੋ ਈਚ ਅਦਰ ਵਾਸਤੇ ਟਾਈਮ ਮਿਲਿਆ ਹੋਇਆ ਸੋ ਯੂ ਨੋ ਸੋਹਣੀਆਂ ਸੋਹਣੀਆਂ ਗੱਲਾਂ 'ਤੇ ਇੱਕ ਦੂਜੇ ਵਾਸਤੇ ਪਿਆਰ ਬਣਾਏ ਰੱਖੋ
ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।